ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਪਿੰਡਾਂ ਵਾਲਾ ਪੰਜਾਬ ਹੈ, ਪਿੰਡਾਂ ਵਾਲਾ ਭਾਰਤ ਹੈ। ਇਹ ਬਹੁਤ ਪਿੰਡਾਂ ਦੀ ਗੱਲ ਕਰਦੇ ਸਾਰੇ, ਪਰ ਪਿੰਡਾਂ ਵੱਲ ਸਿਆਸਤ ਕਿਸ ਤਰੀਕੇ ਨਾਲ ਦੇਖਦੀ ਹੈਗੀ ਹੈ? ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੁੰਦੀਆਂ ਅਤੇ ਇਹਨਾਂ ਚੋਣਾਂ ਦੇ ਵਿੱਚ ਝੜਪਾਂ ਹੁੰਦੀਆਂ। ਝੜਪਾਂ ਦੇ ਵਿਚਾਲੇ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ ਹੋਣੀਆਂ ਸੀ, ਸੁਭਾਵਿਕ ਹੋਈਆਂ, ਅਤੇ ਕਿਹਾ ਗਿਆ ਕਿ ਮੈਂ ਵੀ ਪੀੜਤ, ਤੂੰ ਵੀ ਪੀੜਤ। ਪਰ ਸਵਾਲ ਇਹ ਹੈ ਕਿ ਜਦੋਂ ਆਪਦਾ ਰਾਜ ਸੀਗਾ ਉਦੋਂ ਵਿਰੋਧੀ ਕਹਿੰਦੇ ਸੀ ਪੀੜਤ ਹੈ, ਹੁਣ ਜਦੋਂ ਰਾਜ ਭਾਗ ਚਲਾ ਗਿਆ ਹੁਣ ਇਹ ਕਹਿੰਦੇ ਅਸੀਂ ਪੀੜਤ ਹਾਂ। ਸਾਡਾ ਸਵਾਲ ਇੱਕੋ ਹੀ ਹੈ, ਪੇਂਡੂ ਚੋਣਾਂ ਅਤੇ ਪੀੜਤ ਕੌਣ? ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਵੋਟਾਂ ਪਈਆਂ, ਸੂਬੇ 'ਚ ਕਈ ਥਾਂ ਝੜਪਾਂ ਹੋਈਆਂ, ਕੁੱਟਮਾਰ ਹੋਈ ਹੈ, ਵਿਰੋਧੀ ਧਿਰਾਂ ਨੇ ਸੱਤਾ ਧਿਰ ਨੂੰ ਘੇਰਿਆ, ਧੱਕੇਸ਼ਾਹੀ ਦੇ ਇਲਜ਼ਾਮ ਲਗਾਇਆ, ਕਈ ਥਾਂ ਬੂਥ ਕੈਪਚਰਿੰਗ ਵੀ ਹੋਈ ਹੈ, ਗੋਲੀਆਂ ਵੀ ਚੱਲੀਆਂ, ਕਈ ਪਿੰਡਾਂ 'ਚ ਵੱਖ ਵੱਖ ਵਜ੍ਹਾ ਕਰਕੇ ਚੋਣ ਬਾਈਕਾਟ ਕੀਤਾ ਗਿਆ। ਇਹਦੀਆਂ ਵਜ੍ਹਾ ਕਈ ਸੀਗੀਆਂ, ਕਈ ਵਜ੍ਹਾ ਇਹ ਸੀਗੀ ਕਿ ਪ੍ਰਸ਼ਾਸਨ ਆ ਜਿਹੜਾ ਉੱਥੇ ਧੱਕੇਸ਼ਾਹੀ ਕਰਦਾ ਪਿਆ ਸੀਗਾ, ਇਲਜ਼ਾਮ ਲੱਖਿਆ, ਕਈ ਵਜ੍ਹਾ ਇਹ ਦੱਸੀ ਗਈ ਕਿ ਪ੍ਰੇਮੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ, ਇਹਨਾਂ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ, ਇਸ ਕਰਕੇ ਬਾਈਕਾਟ ਹੈ। ਕਈਆਂ ਦੀ ਵਜ੍ਹਾ ਇਹ ਸੀਗਾ ਕਿ ਸਾਡੇ ਬੁਨਿਆਦੀ ਢਾਂਚੇ ਆ ਜਿਹੜੇ ਉਹ ਮਜ਼ਬੂਤ ਨਹੀਂ ਕੀਤੇ ਗਏ ਅਤੇ ਅਸੀਂ ਵੋਟਾਂ ਪਾਉਣੀਆਂ ਹੀ ਨਹੀਂ ਗੀਆਂ। ਬਹੁਤ ਵੱਖ ਵੱਖ ਵਜ੍ਹਾ ਹੈਗੀਆਂ, ਉਹਨਾਂ ਸਾਰਾ ਚਰਚਾ ਕਰਾਂਗੇ। ਪੰਜਾਬ ਰਾਜ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਵੀ ਸਵਾਲ ਉੱਠੇ ਹੈ, ਸੂਬਾ ਚੋਣ ਕਮਿਸ਼ਨ ਨੇ ਪ੍ਰਸ਼ਾਸਨ ਤੋਂ ਰਿਪੋਰਟ ਵੀ ਮੰਗ ਲਈ ਹੈ ਅਤੇ ਕੁਝ ਥਾਵਾਂ 'ਤੇ ਮੁੜ ਚੋਣਾਂ ਵੀ ਕਰਾਈਆਂ ਜਾ ਸਕਦੀਆਂ, ਇਹੋ ਜਿਹੀਆਂ ਖਬਰਾਂ ਵੀ ਮਿਲ ਰਹੀਆਂ। ਇਹ ਸਾਰੇ ਬਿੰਦੂਆਂ 'ਤੇ ਬਹਿਸ ਕਰਾਂਗੇ ਅਤੇ ਸਿਆਸਤ ਕਹਿੰਦੀ ਕੀ ਹੈ ਪਹਿਲਾਂ ਉਹ ਸੁਣ ਲਈਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦੇ 'ਚ ਜਿਹੜਾ ਨਾਮ ਸਿੱਧਾ ਹੀ ਬਾਦਲ ਪਰਿਵਾਰ ਦਾ ਆ, ਉਹ ਤਾਂ ਹੱਕਦਾਰ ਹੈ ਹੀ ਨਹੀਂ ਅਕਾਲੀ ਦਲ ਤਾਂ ਵੋਟ ਦਾ। ਇਸ ਲਈ ਜੋ ਕੈਪਟਨ ਸਾਹਿਬ ਨੇ ਕੰਮ ਕੀਤੇ ਆ ਪਿਛਲੇ 1.5 ਸਾਲਾਂ ਦੇ ਵਿੱਚ, ਸੋ ਲੋਕ ਉਹਨਾਂ ਦੇ ਨਾਲ ਖੜੇ ਆ, ਜੋ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕੀਤੇ 1.5 ਸਾਲ ਦੇ ਵਿੱਚ। ਕੀ ਉਮੀਦ ਕਰਦੇ ਹੋ? ਉਮੀਦ ਬਿਲਕੁਲ ਵੱਡੇ ਬਹੁਮਤ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਜਿੱਤੀ। ਇੱਕ ਤਾਂ ਕਹਿੰਦੇ ਜਿਹੜੇ ਕਰਜ਼ੇ ਮਾਫ਼ ਹੋਏ ਸਾਡੇ, ਅਸੀਂ ਤੁਹਾਨੂੰ ਕਦੀ ਵੋਟ ਨਹੀਂ ਸੀ ਪਾਈ ਕਾਂਗਰਸ ਨੂੰ, ਕਦੀ ਬੁਲਾਇਆ ਨਹੀਂ ਸੀ ਪਿੰਡ 'ਚ, ਪਰ ਫਿਰ ਵੀ ਤੁਸੀਂ ਸਾਡੇ 20-22 ਜਣਿਆਂ ਦੇ ਕਰਜ਼ੇ ਮਾਫ਼ ਕੀਤੇ। ਇਹ ਕੈਪਟਨ ਸਰਕਾਰ ਜਿਹੜੀ ਕਿਸੇ ਨਾਲ ਭੇਦਭਾਵ ਨਹੀਂ, ਔਰ ਜਿਹੜਾ ਹੱਕ ਬਣਦਾ ਉਹਨੂੰ ਸਹੂਲਤਾਂ ਦਿੰਦੇ ਆ। ਦੂਸਰਾ ਕਹਿੰਦੇ ਰੋਸ ਵਜੋਂ ਜਿਹੜਾ ਇਹ ਗੁਰੂ ਸਾਹਿਬ ਦਾ ਜੋ ਵੀ ਬਰਗਾੜੀ ਕਾਂਡ ਹੋਇਆ, ਔਰ ਜਿਹੜੀ ਰਹਿੰਦੀ ਖੁੰਦੀ ਕਸਰ ਸੁਖਬੀਰ ਬਾਦਲ ਹੋਰਾਂ ਜਿਹੜੀ ਰੈਲੀ ਕੀਤੀ ਨਾ ਫਰੀਦਕੋਟ 'ਚ, ਉਹ ਲੋਕ ਕਹਿੰਦੇ ਵੀ ਕੀ ਦੱਸਣਾ ਚਾਹੁੰਦਾ ਸੁਖਬੀਰ ਬਾਦਲ, ਵੀ ਜੋ ਫਰੀਦਕੋਟ ਦੀ ਧਰਤੀ 'ਤੇ ਹੋਇਆ ਉਹ 'ਤੇ ਮੋਹਰ ਲਾਈ ਆ ਜਾਂ ਜਸ਼ਨ ਮਨਾਉਣਾ ਚਾਹੁੰਦੇ? ਮੈਨੂੰ ਪੂਰਨ ਆਖਿਆ ਕਿ ਜੋ ਪਿੰਡਾਂ ਵਿੱਚ ਅਸੀਂ ਲਹਿਰ ਦੇਖਣ ਨੂੰ ਮਿਲੀ ਆ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਲੜਾ ਹੁਣ ਤੱਕ ਜਿਹੜਾ ਭਾਰੀ ਨਜ਼ਰ ਆ ਰਿਹਾ। ਬੇਸ਼ੱਕ ਸਰਕਾਰ ਨੇ ਕਾਫੀ ਜਿਹੜਾ ਉਹ ਯਤਨ ਉਹ ਕਰ ਰਹੇ ਆ ਕਈ ਹਲਕਿਆਂ ਦੇ ਵਿੱਚ, ਪਰ ਜੋ ਉਹਨਾਂ ਨੇ ਆਪਣੇ ਪਿਛਲੇ ਸਮੇਂ ਦੇ ਵਿੱਚ ਝੂਠੇ ਵਾਅਦੇ ਕੀਤੇ ਸੀ, ਉਹਨਾਂ 'ਤੇ ਪੂਰੇ ਨਹੀਂ ਉਤਰੇ, ਉਹਦਾ ਲੋਕਾਂ ਵਿੱਚ ਕਿਤੇ ਨਾ ਕਿਤੇ ਰੋਸ ਆ, ਜਿਸ ਕਰਕੇ ਲੋਕ ਅੱਜ ਕਾਂਗਰਸ ਦੇ ਉਲਟ ਫਤਵਾ ਦੇਣ ਲਈ ਤਿਆਰ ਵਾ। ਸੋ ਮੈਂ ਪੂਰਨ ਆਸ ਕਰਦਾ ਕਿ ਸਾਡੇ ਉਮੀਦਵਾਰ ਵੱਡੀ ਭਾਰੀ ਜਿਹੜੀ ਆ ਬਹੁਮਤਾਂ ਜਿੱਤ ਕੇ ਉਹ ਆਪਣੀਆਂ ਸੀਟਾਂ ਜਿਹੜੀਆਂ ਪਾਰਟੀ ਦੀ ਝੋਲੀ ਵਿੱਚ ਪਾਉਣ। ਕਾਂਗਰਸ ਪਾਰਟੀ ਬਹੁਤ ਬੁਰੀ ਤਰ੍ਹਾਂ ਲੋਕਾਂ ਨੂੰ ਡਰਾ ਰਹੀ ਆ, ਹਾਲੇ ਹੁਣ ਵੀ ਸ਼ਰਾਬ ਜਿਹੜੀ ਹੈਗੀ ਆ ਸਮਗਲਿੰਗ ਕਰ ਰਹੀ ਆ, ਹਜੇ ਵੀ ਸ਼ਰਾਬ ਜਿਹੜੀ ਹੈਗੀ ਲੋਕਾਂ 'ਚ ਵੰਡੀ ਜਾ ਰਹੀ ਆ, ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਆ ਪੰਜਾਬ ਦਾ, ਬਹੁਤ ਬੁਰੀ ਤਰ੍ਹਾਂ ਫੇਲ ਆ। ਕਾਂਗਰਸ ਜਿਹੜੀ ਹਾਈਜੈਕ ਕਰਕੇ ਲੱਗੀ ਇਸ ਵਿੱਚ, ਔਰ ਐਡਮਿਨਿਸਟ੍ਰੇਸ਼ਨ ਮਿਲ ਕੇ ਬੂਥ ਕੈਪਚਰਿੰਗ ਕਰ ਰਹੀ ਹੈ, ਪਹਿਲਾਂ ਤਾਂ ਨੋਮੀਨੇਸ਼ਨ ਵੀ ਕਈ ਹਲਕਾ ਵੀ ਸਾਰੇ ਨੋਮੀਨੇਸ਼ਨ ਕੈਂਸਲ ਕਰ, ਹੁਣ ਵੀ ਇਹ ਜ਼ਿਆਦਾ ਕਰ ਰਹੇ ਹਨ। ਇਹ ਡੈਮੋਕ੍ਰੇਸੀ ਦਾ ਕਦਰ ਇਨਕਲਾਬ ਜੀ ਕਈ ਥਾਂ ਇਸ ਤਰ੍ਹਾਂ ਦੀ ਗੱਲਾਂ ਲੋਕਾਂ ਨੂੰ ਮੈਂ ਤਾਂ ਆਹਦਾ ਉਹਨਾਂ ਵੀ ਸ਼ਾਂਤਮਈ ਨਾਲ ਇਲੈਕਸ਼ਨ ਕਰੋ, ਮੈਂ ਰਾਹ ਦਾ ਵੀ ਜ਼ਿਆਦਾ ਪ੍ਰੇਮ ਕੋਈ ਜ਼ਿਆਦਾ ਕਰਦਾ ਹੈ ਤਾਂ ਉਹਨੂੰ ਰਜਿਸਟ ਕਰਨਾ ਚਾਹੀਦਾ, ਰਜਿਸਟ ਬਾਰੇ ਲੜਨਾ ਨਹੀਂ, ਹਿੰਮਤ ਕਰਨੀ। ਇਸ ਬਹਿਸ ਦੇ ਵਿੱਚ ਇੱਕ ਸਵਾਲ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਚੱਲਿਆ ਕੀ ਹੈ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਗੁਰਪ੍ਰੀਤ ਸਿੰਘ ਸੰਧੂ, ਡਾਕਟਰ ਗੁਰਪ੍ਰੀਤ ਸੰਧੂ ਕਾਂਗਰਸ ਤੋਂ ਨੇ, ਸੰਧੂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਤੋਂ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਸਤਵੀਰ ਵਾਲੀਆ ਆਮ ਆਦਮੀ ਪਾਰਟੀ ਤੋਂ, ਵਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਡਾਕਟਰ ਪਹਿਲਾਕਰ ਇਹ ਸੋਸ਼ਲ ਐਕਟੀਵਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਕਿਉਂਕਿ ਇਹਨਾਂ ਨੇ ਮੁਹਿੰਮ ਛੇੜੀ ਸੀ ਪਿੰਡ ਬਚਾਓ ਪੰਜਾਬ ਬਚਾਓ, ਅਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਚਿਆ ਕੀ ਅੱਜ। ਸਭ ਤੋਂ ਪਹਿਲਾਂ ਸਵਾਲ ਗੁਰਪ੍ਰੀਤ ਸਿੰਘ ਸੰਧੂ, ਤੁਹਾਨੂੰ ਬਣਦਾ ਕਿਉਂਕਿ ਸੱਤਾ 'ਤੇ ਅੱਤੀ ਨੁਮਾਇੰਦਗੀ ਕਰਦੇ? ਦੱਸੋ ਜੀ ਗੁਰਪ੍ਰੀਤ ਸਿੰਘ ਸੰਧੂ ਜੀ, ਪਹਿਲਾਂ 10 ਸਾਲ ਤੁਸੀਂ ਕਹਿੰਦੇ ਰਹੇ ਕਿ ਅਸੀਂ ਪੀੜਤ ਹਾਂ, ਧੱਕੇਸ਼ਾਹੀ ਕਰਦੇ ਆ, ਹੁਣ ਇਹ ਕਹਿੰਦੇ ਰਹੇ ਆ ਵੀ ਅਸੀਂ ਪੀੜਤ ਹਾਂ, ਠੀਕ ਹੈ ਜੀ, ਅਸਲ 'ਚ ਪੀੜਤ ਹੈ ਕੌਣ? ਆ ਸਿਆਸਤ ਪੀੜਤ ਹੈ ਜਾਂ ਪਿੰਡ ਪੀੜਤ ਆ ਜਿਹਨਾਂ ਦੀ ਗੱਲ ਸੁਣੀ ਗਈ, ਜਿਹਨਾਂ ਦੇ ਮੁੱਦੇ ਚੁੱਕੇ ਨਹੀਂ ਗਏ? ਪੀੜਤ ਕਿਸੇ ਵੀ ਸਿਆਸੀ ਜਿਹੜਾ ਹੈ, ਕੰਪੀਟੀਸ਼ਨ ਕਹਿ ਲਓ ਜਾਂ ਇਲੈਕਸ਼ਨਾਂ ਕਹਿ ਲਓ
या सरगर्मी कह लो वो पीड़ित जो आता वह आम आदमी हूँ। सरकार आदि रहा सरकार जी ये कंपैरेटिव इल्जाम लग रहे हैं कि असी 10 साल पीड़ित सी एक कमिशन बिठाई हुई है जस्टिस महताब सिंह गिल की जोड़ा सैकड़िया की गिणती के जल झूठे केस लिया लिया के मूहे धरी जाती है और वो केसिस जोड़े वापस हो रहे हैं। हो सकता है साढ़े दौर की भी कोई कमिशन बना लैन जे कोई अगला पार्टी जित के आँदी है तो रौला सिर्फ ये है भी मौजूदा सरकार ने फ्री एंड फेयर इलैक्शन कराने की कोशिश की है। तस्वीर देख लो नाल चल दिया मैं देख रहा जी मैं देख के कह रहा है अखा लगी है मेरे कोशिश की है मैं नहीं क्या हो गई लेकिन जिहड़ियां तुसीं तस्वीर दिखा रहे हो ये इक्का दुक्का हर इलैक्शन च हर स्टेट च हुंदियां ने निजी लागडाट लोकल लैवल दे उत्ते पिंडां दे उत्ते बियॉन्ड पार्टी लाइन है इहदे च कोई नीली पग बन के फिर अकाली बना दिंदा तुसीं कोई दूजा फिरदा इह कांग्रेस है नो हो सकता कितने कितने कांग्रेस अकालिया भी हुए झड़पा बहुत झड़पा हुई हैं वो उस लोकल लैवल से चौधर दी हुई और आपस के रंजिश बहुत चिरदी चलती है जिदे करके सारा कुछ सूँ देखने मिल रहा है मंदभाग है नहीं होना चाहिए डेमोक्रेटिक सैटअप के और प्रशासन ये पूरा रोक लानी चाहिए सी जिते इतने नहीं लगी है और हुई हैं वास्ते जिम्मेदार जोड़े बंदे उ प्रशासन के सी उन्होंने भी एक्सप्लेनेशन इलैक्शन कमीशन करे क्योंकि इलैक्शन कमीशन ओवरऑल इंचार्ज हुंदा इलैक्शन के तुसी ये गल कह रहे हो कि चोन रंजिश नहीं सी ये पुरानी रंजिश है जिंदे करके डांगा लोकल लोकल जिंदे करके लोकल चले है क्योंकि वजह 13,000 पिंड ते जिन्ने बूथ बने हैं उन्होंने वध तो वध 30-40-45 बूथां दे उत्ते ए होया बाकी किसी बूथ दे उत्ते सारा दे उत्ते पीसफुली हुई है। दूजी गल पहली डिबेट इतने हुई थी उद्देश क्या गया सीगा भी कांग्रेस वाले तो जी कागज नहीं भरन दे रहे कांग्रेस वाले तो जिहड़े है वो तक्का करी जांदे आ पेपर रिजेक्ट कराई जांदे आ। अज सोहन सिंह थंडल किहड़े कैंडीडेटां दी जित दी गल कर रहा जे असीं कागज नहीं भरन दित्ते जे असीं कागज नहीं सी भरन दिंदे तां कैंडीडेट कित्थों होणे सी जे डेमोक्रेटिक सी फ्री एंड फेयर सी तां ही अज इहनां दे कैंडीडेट खड़े ने। अमरजीत सिंह धारनी तुसीं अज नूं पीड़ित किवें अज शो कर रहे हो इह तां लोकल लैवल ते हो रहा सारा कुछ। देखो ये तो गुरप्रीत जी के कहने की गल हैगी है मैं ये समझदा अज कि इट्स ए मर्डर ऑफ डेमोक्रेसी। मैनू ये लगता है कि जो अज दियां सवेर तो लैके शाम तक असी टीवी देख रहे हैं जो कुछ उहदे विच होया जो कुछ पहला मतलब गवर्नमेंट की प्लैनिंग सी और साडी प्रोडिक्शन सी उस दे हिसाब नाल देखो फोटो दिखा रहे कोई दिखा दो इस तरह का असि किसी ने रोकया हो पेपर भरन तो देखो मैं आप परसनली थोनू दसदा कि मैं एक कैंडीडेट MLA लैवल कैंडीडेट दे और ADC दे कोल बैठा सी और वो कैंडीडेट जिहड़ा MLA हैगा वो ADC नू जिहड़ा हैगा घूर रहा सी भी तू सारे जिहड़े लोकां दे नॉमीनेशन हैगे क्यों नहीं कैंसल किए आ छड क्यों लए तैनू बाद च दसांगे असीं बाद दे विच जानी मतलब इत्थे तक देखो तुसीं कागज कढवा के देखो वध रहे पिछे लोकां नू विदाउट गिविंग एनी नोटिस उन्हां दे कागज पेपर रद्द किए गए किसी के घर के जिहड़ा हैगा वह चढ़ाया वा सी उन्हां दे पेपर जिहड़े हैगे कैंसल किए गए चुल्हा टैक्स पंजाब दे विच किते नहीं हैगा उहदे पिछे पेपर कैंसल किए गए। मैं सिंपल गल करदा कि डेमोक्रेसी का मतलब यह हुंदा कि लड़न का हरेक नूं मौका दिता जावे कोई जिते कोई हारे देखो जिहड़ी चर्चा वाली गल हैगी है सुभाविक हुंदी है सुधीर वाली सुधीर वाली तुहानूं लड़न का मौका नहीं मिलिया तुहाडे कोल तां कैंडीडेट ही है नहीं सी। देखो जिहड़े कहिंदे साडे कोल कैंडीडेट नहीं सीगे ओह पता नहीं किहड़ी उहदे नाल आस नाल कह रहा पिहड़ी किहड़ी गल नाल कह रहा ते साडे कैंडीडेट भी मैदान च सीगे नो डाउट कईआं दे फार्म भी रिजैक्ट कीते गए कईआं नूं भरन दित्ते गए ओह डिफरेंट गल है। तुहाडे दे इल्जाम है तुसीं फ्रेंडली मैच खेडिया कांग्रेस नाल। देखो फ्रेंडली मैच जे असीं कांग्रेस नाल खेडिया हुंदा तां जिहड़े ओह बैलेट पेपर डेरा बसियर बाकी होर जगह कांग्रेस दे ठप्पियां वाले इक तां ऑफिसर सरेआम ओह तुहाडे तुसीं दिखाई रहे हो वीडियो कि ऑफिसर ठप्पे ला रहे कांग्रेस दे बैलेट पेपरां ते ओह फिर ओह साडिआं ते भी लांदा फिर वो कांग्रेस से क्यों लांदा तो इस करके जिहड़ा फ्रेंडली मैच की गल करता है ये गलत है बिल्कुल उल्टा यह जिहड़ी डेमोक्रेसी जिहड़ी हैगी है जिहड़ी एक लोकां दा आपस च फ्रेंडली मैं ओह सीगा अपना रिलेशन सीगा
ਉਹਨੂੰ ਅੱਜ ਉਹਦਾ ਘਾਣ ਜਿਹੜਾ ਕਰਨ ਦਾ ਕੰਮ ਕਾਂਗਰਸ ਗਵਰਨਮੈਂਟ ਨੇ ਕੀਤਾ ਹੈ। ਨੋ ਡਾਊਟ ਪਹਿਲਾਂ ਅਕਾਲੀ ਵੀ ਕਰਦੇ ਰਹੇ ਨੇ ਅਤੇ ਇਸ ਤੋਂ ਪਹਿਲਾਂ ਮੈਂ ਇੱਕ ਟੀਵੀ ਡਿਬੇਟ 'ਤੇ ਸੀਗਾ, ਉੱਥੇ ਰਠੌਰ ਸਾਹਿਬ ਨੇ ਐਲੀਗੇਸ਼ਨ ਲਾਇਆ ਸੀ, ਕਹਿੰਦੇ ਜੀ ਅਕਾਲੀਆਂ ਨੇ ਆਪਣੇ ਟਾਈਮ 'ਤੇ 4500 ਪਰਚੇ ਦਰਜ ਕਰਾਏ ਸੀਗੇ ਅਤੇ ਸਾਰੇ ਬੂਥ ਲੁੱਟੇ ਸੀਗੇ। ਤਾਂ ਮੇਰਾ ਕੁਸ਼ਚਨ ਉਹੀ ਅੱਜ ਆਪਣਾ ਸੰਧੂ ਸੰਧੂ ਸਾਹਿਬ ਨੂੰ ਵੀ ਹੈ ਅਤੇ ਅਦਰਵਾਈਜ਼ ਮੈਂ ਗੱਲ ਉਹੀ ਕਰਦਾ ਵੀ ਜੇ ਅਕਾਲੀ ਕਰਦੀ ਰਹੀ ਤਾਂ ਕਾਂਗਰਸ ਨੂੰ ਵੀ ਉਹ ਕਾਪੀਰਾਈਟ ਹੋ ਗਿਆ ਕਿ ਹੁਣ ਅਸੀਂ ਵੀ ਕਰਾਂਗੇ, ਸਾਡੀ ਸਰਕਾਰ ਆ ਗਈ। ਚਲੋ ਇੱਕ ਛੋਟਾ ਮੈਂ ਬ੍ਰੇਕ ਲੈਣਾ ਸੁਖਬੀਰ ਵਾਲੇ ਵਾਪਸ ਪਿੰਡਾਂ ਦੀਆਂ ਚੋਣਾਂ ਹੋਈਆਂ, ਪਿੰਡ ਦੀ ਸਰਕਾਰ ਬਣਨੀ ਹੈਗੀ ਹੈ ਅਤੇ ਚੋਣਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕਰਨੇ ਬਣਦੇ ਸੀਗੇ, ਮੁੱਦੇ ਚੁੱਕਣੇ ਬਣਦੇ ਸੀ, ਪਰ ਉਹਨਾਂ ਦੀ ਗੱਲ ਨਹੀਂ ਹੋਈ, ਸਾਰਾ ਕੁਝ ਉਲਝਾ ਕੇ ਰੱਖ ਦਿੱਤਾ। ਜਿਹੜੇ ਬੁਨਿਆਦੀ ਢਾਂਚੇ ਦੀ ਗੱਲ ਹੋਣੀ ਹੈ, ਜਿਹੜੇ ਪਿੰਡਾਂ ਦੇ ਵਿਕਾਸ ਦੀ ਗੱਲ ਹੋਣੀ ਹੈ, ਪਿੰਡਾਂ ਦੇ ਵਿੱਚ ਰੁਜ਼ਗਾਰ ਦੀ ਗੱਲ ਹੋਣੀ ਹੈ, ਉਸ ਦੀ ਗੱਲ ਤਾਂ ਹੋਈ ਨਹੀਂ। ਉਸ ਗੱਲ ਤੋਂ ਤਾਂ ਮੁਨਕਰ ਹੋ ਕੇ ਲੜਾਈ ਪਹੁੰਚ ਗਈ ਡਾਂਗਾਂ ਤੱਕ ਦੀ, ਲੜਾਈ ਪਹੁੰਚ ਗਈ ਬਿਆਨਬਾਜ਼ੀਆਂ ਤੱਕ ਦੀ, ਲੜਾਈ ਪਹੁੰਚ ਗਈ ਸਿਰਫ ਇੱਕੋ ਮੁੱਦੇ 'ਤੇ ਜਿਹਦੇ 'ਤੇ ਪੂਰੀ ਸਿਆਸਤ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ। ਮਿਸ਼ਨ 2019 ਅੱਗੇ ਹੈ ਅਤੇ ਇਸ ਕਰਕੇ ਪ੍ਰਵਾਹ ਕੁਛ ਨਹੀਂ ਹੈ ਕਿ ਸਿਰਫ ਜਿੱਤਣਾ ਨਿਸ਼ਾਨਾ ਹੈਗਾ ਚਾਹੇ ਜਿੱਤਣਾ ਕਿਵੇਂ ਵੀ ਹੋਵੇ। ਲੋਕਤੰਤਰ ਦਾ ਕਤਲ ਹੋ ਗਿਆ, ਹੁਣ ਇਲਜ਼ਾਮ ਲੱਗ ਰਿਹਾ ਇਹ ਕਤਲ ਅੱਜ ਹੋਇਆ ਕਿ ਇਸ ਤੋਂ ਪਹਿਲਾਂ ਵੀ ਹੁੰਦਾ ਆ ਰਿਹਾ ਸੀਗਾ, ਉਸ ਦਾ ਜਵਾਬ ਕੌਣ ਦੇਵੇਗਾ? ਬਰੇਕ ਤੋਂ ਵਾਪਸ ਆ ਰਿਹਾ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਚੱਲਿਆ ਕੀ ਗੁਰਪ੍ਰੀਤ ਸੰਧੂ, ਤੁਸੀਂ ਕੀ ਕਹਿਣਾ ਚਾਹ ਰਹੇ ਸੀ? ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ ਜੀ, ਸਤਬੀਰ ਜੀ ਕਹਿੰਦੇ ਆ ਵੀ ਸਾਡੇ ਕੈਂਡੀਡੇਟ ਵੀ ਸੀ, ਸਾਡਾ ਕੋਈ ਫਰੈਂਡਲੀ ਮੈਚ ਨਹੀਂ ਕਿਸੇ ਨਾਲ, ਹੀ ਇਜ਼ ਐਬਸੋਲੂਟਲੀ ਰਾਈਟ। ਇਸ ਜਿਹੜੀ ਪਾਰਟੀ ਮੁੱਕਣ 'ਤੇ ਆਈ ਪਈ ਉਹਦੇ ਨਾਲ ਫਰੈਂਡਲੀ ਮੈਚ ਕਾਂਗਰਸ ਨੇ ਕਰਦੇ, ਅਸੀਂ ਖੇਡਣਾ ਵੀਅਰ ਐਂਡ ਪਾਵਰ, ਸਾਨੂੰ ਕੋਈ ਜ਼ਰੂਰਤ ਹੀ ਨਹੀਂ ਇਹਨਾਂ ਨਾਲ, ਵਿੱਚ ਬੋਲਣ ਗੰਦੀ ਆਦਤ ਛੱਡ ਦਿਓ, ਇਹ ਤੁਹਾਡੀ ਵਾਰੀ ਸੀ, ਕੋਈ ਨਹੀਂ ਬੋਲਿਆ, ਆਰਾਮ ਨਾਲ ਬੈਠੋ, ਵਾਰੀ ਆਊਗੀ ਤੁਸੀਂ ਜਿੰਨਾ ਮਰਜ਼ੀ ਰੌਲਾ। ਇਹ ਜਿਹੜਾ ਐਸ ਡੀ ਐਮ ਜਾਂ ਕਿਸੇ ਨੇ ਰਿਟਰਨਿੰਗ ਅਫਸਰ ਨੇ ਮੋਹਰਾਂ ਲਾਈਆਂ, ਮੈਂ ਪੁੱਛਣਾ ਚਾਹੁੰਦਾ ਤੁਸੀਂ ਇਹਦੀ ਸ਼ਿਕਾਇਤ ਕਰਤੀ ਇਲੈਕਸ਼ਨ ਕਮਿਸ਼ਨ ਨੂੰ ਵਿਦ ਵੀਡੀਓਗ੍ਰਾਫੀ? ਜੇ ਕਰਤੀ ਹੈ ਤਾਂ ਫਿਰ ਤੁਹਾਨੂੰ ਘਬਰਾਟ ਕਰਦੀ ਹੈ, ਇਲੈਕਸ਼ਨ ਕਮਿਸ਼ਨ ਇਜ਼ ਰਿਸਪੋਂਸੀਬਲ, ਦੇ ਵਿਲ ਟੇਕ ਐਕਸ਼ਨ। ਜਿੱਥੋਂ ਤੱਕ ਉਹ ਤਾਂ ਇਲੈਕਸ਼ਨ ਕਮਿਸ਼ਨ ਦੇ ਸਵਾਲ ਚੁੱਕੀ ਜਾਂਦੇ ਆ ਜੀ, ਕਰੀ ਜਾਣਦੀ ਇਹਨਾਂ ਦਾ ਕੰਮ ਹੀ ਹੈ, ਵਾਟ ਐਲਸ ਡੂ ਦੇ ਡੂ, ਯੂ ਟੈਲ ਮੀ ਇਨ ਦ ਲਾਸਟ, ਕਹਿ ਰਿਹਾ ਆਮ ਆਦੀ ਪਾਰਟੀ ਵੇਖ ਪਿਛਲੇ ਪੌਣੇ 2 ਸਾਲ ਦੇ ਵਿੱਚ ਇਹਨਾਂ ਨੇ ਕੀਤਾ ਕੀ ਹੈ? ਆਹੀ ਕੀਤਾ, ਕਦੇ ਉੱਤੇ ਉਂਗਲ, ਕਦੇ ਉੱਤੇ ਉਂਗਲ, ਜਾ ਕੇ ਲੋਕਾਂ ਨੂੰ ਭੜਕਾਉਂਦੇ ਆ ਪਿੰਡਾਂ ਦੇ ਵਿੱਚ, ਇਹ ਕਰ ਦੇਣਗੇ ਉਹ, ਸੁਣੋ ਤੁਸੀਂ ਇਹਨਾਂ ਦੇ ਲੈਕਚਰ, ਇਹਨਾਂ ਦੇ ਲੀਡਰਾਂ ਦੇ, ਉਹ ਬਜਾਏ ਉਹਨਾਂ ਦੇ ਵੀ ਅਸੀਂ ਤੁਹਾਡੇ ਰੱਖੇ ਆ, ਤੁਹਾਡਾ ਕੁਝ ਕਰਾਂਗੇ, ਉਹਨਾਂ ਨੂੰ ਜਾ ਕੇ ਭੜਕਾਉਂਦੇ ਆ ਸਰਕਾਰ ਦੇ ਵਿੱਚ। ਚਲੋ 1 ਮਿੰਟ, ਜੋ ਮੈਂ ਕਹਿਣਾ ਚਾਹੁੰਦਾ, ਜਿਹੜੇ ਇੰਸੀਡੈਂਟਸ ਹੋਏ ਆ ਜਿੱਥੇ ਆਫੀਸਰ ਕੋਈ ਇਹੋ ਜਿਹਾ ਕਰਤੂਤ ਕਰ ਰਿਹਾ, ਕਾਂਗਰਸ ਪਾਰਟੀ ਜਾਂ ਕਾਂਗਰਸ ਗਵਰਨਮੈਂਟ ਬਿਲਕੁਲ ਕੰਡੋਨ ਨਹੀਂ ਕਰਦੀ, ਔਰ ਉਹਦੇ ਖਿਲਾਫ ਰਿਟਨ ਕੰਪਲੇਂਟਸ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੂੰ ਜਾਣਗੀਆਂ, ਜੇ ਰਿਕਮੈਂਡ ਕਰੂਗੀ ਐਡਮਿਨਿਸਟ੍ਰੇਟਿਵ ਐਕਸ਼ਨ, ਐਡਮਿਨਿਸਟ੍ਰੇਟਿਵ ਐਕਸ਼ਨ ਲਿਆ ਜਾਊਗਾ। ਲੇਕਿਨ ਇੱਕਾ ਦੁੱਕਾ ਜਿਹੜੀਆਂ ਐਡੀ ਵੱਡੇ ਅਡੰਬਰ ਦੇ ਵਿੱਚ, ਜੇ ਕੋਈ ਤੁਸੀਂ ਮੈਂ ਦੇਖ ਰਿਹਾ ਤੁਹਾਡੀਆਂ, ਤੁਸੀਂ ਉਹ ਇੱਕ ਬੰਦਾ ਡਾਂਗ ਵਾਲਾ 17 ਵਾਰੀ ਵਿਖਾ ਟੇ ਆ, ਤੁਹਾਡੇ ਕੋਲ 4-5 ਵੀਡੀਓ ਨੇ ਸਾਰੀਆਂ, ਤੁਸੀਂ 40 ਲੈ ਲਓ, 45 ਲੈ ਲਓ, 50 ਲੈ ਲਓ, ਮੈਨੂੰ ਦੱਸ ਦਿਓ ਅੱਜ ਤੱਕ ਕਿਹੜੀ ਇਲੈਕਸ਼ਨ ਹੋਈ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਐਡੇ ਵੱਡੀ ਇਲੈਕਸ਼ਨ ਦੇ ਵਿੱਚ 15-20-40-50 ਇਦਾਂ ਦੀ ਐਂਡੋਰਸ ਕਰ ਰਹੇ ਹੋਈਆਂ ਤਸਵੀਰਾਂ ਆਉਣੀਆਂ ਚਾਹੀਦੀਆਂ? ਨਹੀਂ, ਦਿਸ ਇਜ਼ ਯੋਰ ਓਪਨਿੰਗ ਪਬਲਿਕ ਆਏ, ਬਟ ਦੈਨ ਯੂ ਗਿਵ ਡਿਫਰੈਂਟ ਰਿਐਕਸ਼ਨਸ, ਇੱਕੋ ਥੋੜੋ ਵੀ ਡਾਂਗ ਜਾ ਕੇ ਮਿੰਟ ਮਗਰੋਂ ਕਰਦਾ ਉਹੀ ਵਿਖਾਈ ਜਾਂਦੇ ਆ। ਸੋ ਦ ਥਿੰਗ ਇਜ਼ ਆਈ ਐਮ ਨਾਟ, ਅਸੀਂ ਨਾ ਦਿਖਾਈਏ, ਦਿਖਾਓ, ਤੁਸੀਂ ਮੀਡੀਆ ਨੂੰ ਵੀ ਗਾਈਡ ਕਰੋਗੇ, ਦਿਖਾਈਏ ਕੀ? ਉਹ ਭਾਈ ਮੀਡੀਆ ਨੂੰ ਗਾਈਡ ਕਰਨਾ ਪੈਂਦਾ, ਬਿਕੋਜ਼ ਯੂ ਆਰ ਸ਼ੋਇੰਗ ਵਨ ਥਿੰਗ ਅਗੇਨ ਐਂਡ ਅਗੇਨ, ਸ਼ੋ ਡਿਫਰੈਂਟ। ਮੈਂ ਕਹਿ ਰਿਹਾ ਠੀਕ ਹੈ, ਮੈਂ ਕਹਿ ਰਿਹਾ ਸ਼ੋ ਡਿਫਰੈਂਟ ਵਾਲੀ ਤਸਵੀਰਾਂ, ਸ਼ੋ ਡਿਫਰੈਂਟ ਵਾਲੀ ਨਹੀਂ ਦਿਖਾਉਣੀ ਚਾਹੀਦੀ, ਦਿਖਾਉਣੀਆਂ ਚਾਹੀਦੀਆਂ, ਸ਼ਰਮ ਆ ਰਹੀ ਹੈ ਆਪਣੀ ਜਿਹੜੀ ਦੇਖ ਕੇ ਕਿ ਨਹੀਂ, ਨਹੀਂ ਜੀ ਤੁਹਾਨੂੰ ਹੋਣੀ ਚਾਹੀਦੀ ਹੈ, ਸਾਨੂੰ ਹੋਣੀ ਚਾਹੀਦੀ ਹੈ, ਇੱਕੋ ਇੱਕੋ ਦਿਖਾ ਰਹੇ ਹੋਣੀ ਚਾਹੀਦੀ ਹੈ, ਤੁਸੀਂ ਇੱਕੋ ਦਿਖਾ ਰਹੇ ਆ, ਠੀਕ ਹੈ, ਹੋਰ ਵੀ ਦਿਖਾਓ, ਡਿਫਰੈਂਟ ਹੋਰ ਦਿਖਾਓ, ਠੀਕ ਹੈ, ਸਾਰੀਆਂ ਦਿਖਾਓ, ਸੁਧੀਰ ਵਾਲੀ ਆ, ਸੁਧੀਰ ਵਾਲੀ ਆ, ਪਿਛਲੇ 10 ਸਾਲਾਂ ਦੀ ਵੀ ਦਿਖਾ ਲਓ, ਤੁਹਾਡੇ ਕੋਲ ਸਭ ਕੁਝ ਹੋਊਗਾ, ਤੁਸੀਂ ਇਹਨਾਂ ਨੂੰ ਸ਼ੀਸ਼ਾ ਦਿਖਾ ਰਹੇ ਆ, ਸਾਨੂੰ ਸ਼ੀਸ਼ਾ ਦਿਖਾ ਰਹੇ ਆ, ਦੇਖੋ ਡਿਫਰੈਂਸ ਇਹ ਗੱਲ ਸਹੀ ਕਹਿ ਰਹੇ ਹੈ ਕਿ ਇਸ 'ਚ ਕੀ ਡਿਫਰੈਂਸ ਹੈ, ਇਸ 'ਚ ਸਭ ਤੋਂ ਵੱਡਾ ਡਿਫਰੈਂਸ ਹੈ ਕਿ ਇਸ ਇਲੈਕਸ਼ਨ 'ਚ ਸਰਕਾਰੀ ਪ੍ਰੋਵਾਈਡਿੰਗ ਅਫਸਰ ਕਾਂਗਰਸ ਦੀ ਸਟੈਂਪਾਂ ਮਾਰੀ ਜਾਂਦੇ ਹੈ, ਇਹ ਡਿਫਰੈਂਸ ਹੈ। ਮਤਲਬ ਇੱਕ ਤਾਂ ਹੁੰਦਾ ਬੂਥ ਲੁੱਟਣਾ, ਉਹ ਕਹਿੰਦੇ ਥਾਣੇਦਾਰ ਦਾ, ਜਿਹੜਾ ਥਾਣੇਦਾਰ ਥਾਣੇਦਾਰ ਹੀ ਡਾਕੂ ਬਣ ਗਿਆ, ਕੰਪਲੇਂਟ ਕਿਹਦੇ ਕੋਲ ਲੈ ਕੇ ਜਾਈਏ? ਤਾਂ ਪ੍ਰੋਵਾਈਡਿੰਗ ਅਫਸਰ ਹੀ ਕਾਂਗਰਸ ਸਟੈਂਪਾਂ ਮਾਰੀ ਜਾਂਦਾ ਹੈ, ਤਾਂ ਹੋਰ ਇਸ ਤੋਂ ਵੱਧ ਡਿਫਰੈਂਸ ਕੀ ਹੋਏਗਾ ਕਿ ਦੇਖੋ ਜੀ ਸਰਕਾਰੀ ਮੁਲਾਜ਼ਮ ਜਿਹਦੇ ਸਿਰ ਤੇ ਇਹ ਜ਼ਿੰਮੇਵਾਰੀ ਹੈ ਕਿ ਬੂਥ ਕੈਪਚਰਿੰਗ ਨਾ ਹੋਵੇ, ਕੋਈ ਕੋਈ ਅਣਗਹਿਲੀ ਨਾ ਹੋਵੇ, ਉਹੀ ਕਾਂਗਰਸ ਠੱਪੇ ਮਾਰੀ ਜਾਂਦਾ, ਠੀਕ ਹੈ, ਕਾਂਗਰਸ ਕਰੂਗੀ, ਠੀਕ ਹੈ, ਡਟ ਪਹਿਲਾਂ ਕਰ ਕਰ। ਤਸਵੀਰਾਂ ਕਿਹੜੀਆਂ ਦਿਖਾਈਏ? ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਨਹੀਂ ਬਣਦੀਆਂ ਪਈਆਂ, ਮਨਰੇਗਾ ਦੇ ਕਾਰਡ ਨਹੀਂ ਬਣਦੇ ਪਏ, ਪਿੰਡਾਂ ਦੇ ਵਿੱਚ ਨੀਲੇ ਕਾਰਡ ਨਹੀਂ ਬਣਦੇ ਪਏ, ਪਿੰਡਾਂ ਵਿੱਚ ਰੁਜ਼ਗਾਰ ਨਹੀਂ ਮਿਲਦਾ ਪਿਆ, ਪਿੰਡਾਂ ਵਿੱਚ ਟੋਭੇ ਨਹੀਂ ਸਾਫ਼ ਹੋ ਰਹੇ, ਪਿੰਡਾਂ ਵਿੱਚ ਜਿਹੜਾ ਉਹ ਲੋਕ ਹੈ ਜਿਹੜੇ ਰੋ ਰਹੇ ਆ, ਪਿੰਡਾਂ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਕਿਹੜੀਆਂ ਤਸਵੀਰਾਂ ਦਿਖਾਵਾਂ ਮੈਂ? ਮੈਨੂੰ ਤੁਸੀਂ ਦੱਸ ਦਿਓ। ਦੇਖੋ ਜਿੱਥੇ ਤੱਕ ਸਵਾਲ ਹੈ ਕੇ ਪੀ ਜੀ, ਤਸਵੀਰਾਂ ਇੱਥੇ ਕਿਹੜੀਆਂ ਦਿਖਾਈਆਂ, ਕਿਹੜੀਆਂ ਨਾ ਦਿਖਾਈਆਂ ਜਾਣ, ਸਿਆਸਤ
ਤੁਸੀਂ ਜਦ ਇੱਕ ਪਾਵਰ 'ਚੋਂ ਤਾਂ ਤੁਹਾਡਾ ਫਰਜ਼ ਬਣਦਾ ਉਹਦੇ 'ਤੇ ਬੜੇ ਧਿਆਨ ਨਾਲ ਦੇਖਣਾ ਵੀ ਕਿਤੇ ਇਹਦੀ ਗੱਲ ਸੱਚੀ ਤਾਂ ਨਹੀਂ, ਕਿਤੇ ਅਸੀਂ ਕਿਤੇ ਗਲਤ ਤਾਂ ਨਹੀਂ ਹੋ ਗਏ। ਮੈਂ ਇਹ ਜੀ ਉਦਾਹਰਨ ਦਿੰਦਾ ਹੁੰਦਾ, ਇੱਕ ਮਿਸਤਰੀ ਨੂੰ ਪਤਾ ਹੁੰਦਾ ਮੇਰਾ ਥੰਬਲਾ ਠੀਕ ਜਾ ਰਿਹਾ, ਉਹ ਕਦੇ ਉੱਥੇ ਉਹ ਆਪਣੀ ਪਲੰਬਾ ਫੜਾ ਕੇ ਦੇਖਦਾ, ਕਦੇ ਉਹ ਲੈਵਲ ਲਾ ਕੇ ਦੇਖਦਾ, ਕਦੇ ਉਹ ਸੂਤ ਬੰਨ ਕੇ ਰੱਖਦਾ, ਉਹਨੂੰ ਪਤਾ ਹੁੰਦਾ ਵੀ ਦਬਾਅ ਠੀਕ ਹੈ, ਪਰ ਫਿਰ ਵੀ ਉਹ ਦੇਖਦਾ ਆਪਣੇ ਇੰਸਟਰੂਮੈਂਟਸ ਨਾਲ। ਸੋ ਜਿਹੜੀ ਵੀ ਰੂਲਿੰਗ ਪਾਰਟੀ ਹੈ ਉਸਨੂੰ ਇਸ ਗੱਲ 'ਤੇ ਧਿਆਨ ਦੇਣਾ, ਨੰਬਰ ਵਨ। ਨੰਬਰ ਟੂ, ਦਿਖਾਉਣਾ ਕੀ ਚਾਹੀਦਾ ਹੁਣ? ਜੇ ਤੁਸੀਂ ਇਹ ਦਿਖਾਓਗੇ ਕਿ ਇਹਨਾਂ ਚੋਣਾਂ ਦੇ ਵਿੱਚ ਤਿੰਨਾਂ ਪਾਰਟੀਆਂ ਨੇ ਇੱਕ ਵੀ ਮੁੱਦਾ ਪਿੰਡਾਂ ਦਾ ਲਿਆ ਨਹੀਂ, ਇੱਥੇ ਮੁੱਦਾ ਇਹ ਰੁੜਾ ਰਿਹਾ, ਹਾਲਾਂਕਿ ਮੈਨੂੰ ਪਤਾ ਵੀ ਉਹ ਸੈਂਟੀਮੈਂਟਲ ਮੁੱਦਾ ਲੋਕਾਂ ਦਾ, ਸੈਕਟਰੀਏਟ ਅਤੇ ਨਾਨ ਸੈਕਟਰੀਏਟ ਜਸਰਨਜੀਤ ਸਿੰਘ ਦੀ ਰਿਪੋਰਟ, ਉਹ ਇੱਕ ਸੈਪਰੇਟ ਇਸ਼ੂ ਹੈ, ਉਹ ਇਸ਼ੂ ਹੈਗਾ। ਪਿੰਡਾਂ ਦੇ ਵਿੱਚ ਬਾਕੀ ਵੀ ਤਾਂ ਪਾਪੂਲੇਸ਼ਨ ਵੱਸਦੀ ਹੈ, ਉਹ ਵੀ ਵੱਸਦੇ ਨੇ, ਉਹਨਾਂ ਦੀਆਂ ਵੀ ਗਲੀਆਂ ਨਾਲੀਆਂ, ਉਹਨਾਂ ਦੇ ਮਨਰੇਗਾ ਦੇ ਕਾਰਡ, ਉਹਨਾਂ ਦੀਆਂ ਪੈਨਸ਼ਨਾਂ, ਉਹਨਾਂ ਦੇ ਆਟਾ ਦਾਲ, ਉਹਨਾਂ ਦੇ ਪੰਜ ਮਰਲੇ ਦੇ ਪਲਾਟ, ਉਹਨਾਂ ਨੂੰ ਜ਼ਮੀਨ ਦੀ ਬੋਲੀ, ਪੰਚਾਇਤੀ ਜ਼ਮੀਨਾਂ ਦੀ ਬੋਲੀ, ਉਹਨਾਂ ਦੇ ਜਿਹੜੇ ਉਹ ਮਸਲੇ ਨੇ ਰਸਤੇ। ਮੈਂ ਕਿੰਨੇ ਪਿੰਡਾਂ 'ਚ ਆ ਕੇ ਆਇਆ, ਐਂ ਚੜੇ ਪਏ ਨੇ। ਮੈਂ ਕਹਿੰਦਾ 1955-56 'ਚ ਵੀ ਇਹੋ ਜਿਹੇ ਪਿੰਡ ਨਹੀਂ ਸੀਗੇ ਕਈ, ਉਦੋਂ ਵੀ ਡਿਵੈਲਪਮੈਂਟ ਹੋਈ ਹੋਈ ਸੀ। ਸੋ ਜਦ ਤੁਸੀਂ ਉਹ ਦਿਖਾਵੋਂਗੇ ਫਿਰ ਉਹਦੇ 'ਤੇ ਇਤਰਾਜ਼ ਆਏਗਾ, ਇਹ ਦਿਖਾਵੋਂਗੇ ਇਹਦੇ 'ਤੇ ਇਤਰਾਜ਼ ਆਏਗਾ, ਜੇ ਦੋਨੇ ਨਹੀਂ ਦਿਖਾਓਗੇ ਫਿਰ ਤੀਜਿਆਂ ਦਾ ਇਤਰਾਜ਼ ਆ ਜਾਏਗਾ। ਤੁਸੀਂ ਨਹੀਂ, ਮੈਂ ਬਿਲਕੁਲ ਨਹੀਂ ਇਸ ਗੱਲ ਦੇ ਹੱਕ 'ਚ, ਤੁਸੀਂ ਵੀ ਪੀਸਫੁਲੀ ਦਿਖਾਈ ਜਾਂਦੇ ਹੋ, ਚੋਣਾਂ ਪੀਸਫੁਲ ਵੀ ਹੋਈਆਂ ਨੇ। 17,268 ਬੂਥ ਸੀਗੇ, ਪਹਿਲੀ ਗੱਲ ਮੈਂ ਇਹ ਕਹਾਂਗਾ, 17,268 ਬੂਥ, 13,000 ਪਿੰਡਾਂ ਦੇ ਵਿੱਚ, 12,000 ਕੁਛ ਆਬਾਦ ਪਿੰਡ ਨੇ ਜਿਹੜੇ, ਉੱਥੇ ਜੇ ਚੋਣ ਹੁੰਦੀ ਹੈ ਤਾਂ ਕਿਤੇ ਨਾ ਕਿਤੇ, ਇਹ ਤਾਂ ਕਹਿੰਦੇ ਨੇ ਚਲੋ ਲੋਕਲ ਲੜਾਈਆਂ ਜੇ ਈਵਨ ਕਾਂਗਰਸੀਆਂ ਅਕਾਲੀਆਂ ਦੀਆਂ ਆਪ ਵਾਲਿਆਂ ਦੀਆਂ ਆਪਸ ਵਿੱਚ ਹੋ ਸਕਦੀਆਂ ਨੇ, ਪਰ ਜਿਹੜਾ ਦੁਖਾਂਤ ਹੈ, ਜਿਹੜੀ ਸਰਕਾਰ ਹੁੰਦੀ ਹੈ, ਸਰਕਾਰ ਦਾ ਕੰਮ ਹੈ ਇਹ ਇਨਸ਼ੋਰ ਕਰਨਾ। ਇਹ ਠੀਕ ਹੈ ਕਮਿਸ਼ਨ ਇਲੈਕਸ਼ਨ ਕਰਾਉਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ, ਕਮਿਸ਼ਨ ਕੋਲ ਹੈ, ਪਰ ਜਿਹੜਾ ਉਹ ਇੰਪਲਾਈ ਉਹ ਤਾਂ ਸਰਕਾਰ ਦਾ ਨਾ। ਜਦ ਉਹ ਬੂਥ ਦੇ ਉੱਤੇ ਸਾਹਮਣੇ ਮੋਹਰਾ ਲਾਉਂਦਾ ਉਹ ਤਾਂ ਕਮਿਸ਼ਨ ਦਾ ਰੱਖੇ, ਉਹ ਤਾਂ ਸਾਹਮਣੇ ਸਬੂਤ ਹੈ ਨਾ, ਉਹ ਕਮਿਸ਼ਨ ਦੇ ਲਿਖਣਾ ਉਹਦੇ 'ਤੇ ਜ਼ਰੂਰੀ ਨਹੀਂ, ਉਹ ਸਰਕਾਰੀ ਮੁਲਾਜ਼ਮ ਹੈ। ਸਰਕਾਰੀ ਮੁਲਾਜ਼ਮ ਤੁਸੀਂ ਗੱਲ ਕੀਤੀ, ਮੈਂ ਥੋੜ੍ਹਾ ਐਡ ਆਨ ਕਰਨਾ ਚਾਹੁੰਦਾ, ਮੋਗੇ ਦੇ ਇੱਕ ਅਫਸਰ ਕਹਿੰਦਾ ਮੈਨੂੰ ਐਮ ਐਲ ਏ ਆ ਕੇ ਧਮਕੀ ਦੇ ਰਿਹਾ, ਮੈਂ ਇੱਕ ਮਿੰਟ ਆ ਰਿਹਾ। ਇਸੇ ਤਰ੍ਹਾਂ ਹੀ ਕੁਛ ਗੱਲਾਂ ਇਨਵੈਸਟੀਗੇਟ ਕਰਨ ਦੀ ਲੋੜ ਨੇ। ਪਟਿਆਲੇ 'ਚ 2 ਸੀਟਾਂ ਦੇ ਉੱਤੇ 2 ਐਮ ਐਲ ਏ ਦੇ ਬੱਚੇ ਖੜੇ ਨੇ, ਦੋਨੇ ਸੀਟਾਂ 'ਤੇ ਵਿਰੋਧੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ, ਉੱਥੇ ਅਨਅਪੋਜ਼ ਜਿੱਤੇ ਨੇ। ਇਹਦਾ ਮਤਲਬ ਕਿਤੇ ਉੱਥੇ ਫਰੈਂਡਲੀ ਮੈਚ ਹੈ, ਉਹ ਇਹਦਾ ਮਤਲਬ ਕਿਤੇ ਨਾ, ਨਹੀਂ ਨਹੀਂ ਦੋਨੇ ਐਮ ਐਲ ਏ ਇੱਕੋ ਪਾਰਟੀ ਦੇ, ਅਤੇ ਦੋਨਾਂ ਦੀ ਉਹ ਜਿਹੜਾ ਛਤਰਾਣੇ ਦੇ ਵਿੱਚ ਵੀ ਅਤੇ ਇਹ ਹਰਪਾਲ ਬੁਲਕਨੌਰ ਦੇ ਵਿੱਚ ਵੀ। ਸੋ ਜਦ ਅਸੀਂ ਇਹ ਦੇਖਦੇ ਹਾਂ, ਦੂਜੇ ਪਾਸੇ ਜਦ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਐਤਕੀ ਜਿਹੜੀ ਕੈਂਡੀਡੇਟ ਰੇਸ਼ੋ ਹੈ ਪਰ ਸੀਟ ਉਹ 2.4 ਹੈ, 2013 'ਚ ਉਹ 2.3 ਸੀ, ਐਤਕੀ 2.4 ਕੈਂਡੀਡੇਟ ਖੜੇ ਹੋਏ ਨੇ ਇੱਕ ਸੀਟ ਦੇ ਉੱਤੇ, 2013 'ਚ 2.3 ਸੀ। ਜਦ ਅਸੀਂ ਸ਼ਿਕਾਇਤਾਂ ਦੀ ਗੱਲ ਕਰਦੇ ਹਾਂ, ਡਾਕਟਰ ਦਲਜੀਤ ਸਿੰਘ ਚੀਮਾ ਦਾ ਆਪਣਾ ਬਿਆਨ ਅਖਬਾਰ ਦੇ ਵਿੱਚ ਛਪਿਆ ਹੋਇਆ ਕਿ ਜੀ 13 ਸ਼ਿਕਾਇਤਾਂ ਅਸੀਂ ਕਰੀਆਂ ਸੀ, 3 ਦਾ ਇਹਨਾਂ ਨੇ ਫੈਸਲਾ ਕਰਿਆ ਕਮਿਸ਼ਨ ਨੇ, 10 ਦਾ ਕਰਿਆ ਨਹੀਂ। ਉਦੋਂ ਅਗਲਾ ਇੱਕ ਹੋਰ ਬਿਆਨ ਹੈ ਕਿ ਅਸੀਂ 16 ਸ਼ਿਕਾਇਤਾਂ ਦੀ ਲਿਸਟ ਬਣਾ ਕੇ ਇਹਨਾਂ ਨੂੰ ਰਜਿਸਟਰਡ ਪੱਤਰ ਭੇਜਿਆ, ਸੋ 16 ਹੀ ਹੋਈਆਂ। ਪਿਛਲੇ 2013 ਦਾ ਇਲੈਕਸ਼ਨ ਕਮਿਸ਼ਨ ਦਾ ਆਪਣਾ ਬਿਆਨ ਹੈ ਕਿ ਸਾਡੇ ਕੋਲ ਰੋਜ਼ 100 ਸ਼ਿਕਾਇਤ ਆ ਰਹੀ ਹੈ, ਹਰ ਰੋਜ਼ 100 ਸੱਚੀ ਹੈ ਝੂਠੀ ਉਹ 'ਚ ਨਹੀਂ ਮੈਂ ਜਾ ਰਿਹਾ। ਸੋ ਜਦ ਅਸੀਂ ਇਹਨਾਂ ਗੱਲਾਂ ਨੂੰ ਦੋਨੇ ਪਾਸੇ ਜਿਹੜੇ ਨੇ ਇੱਕ ਦੂਜੇ 'ਤੇ ਇਲਜ਼ਾਮ, ਉਹਦਾ ਫਾਇਦਾ ਇਹਨਾਂ ਨੂੰ, ਉਹਦਾ ਫਾਇਦਾ ਇਹ ਮੁੱਦੇ ਉਲਝੇ ਰਹਿਣ, ਇੱਕ ਦੂਜੇ ਦੀ ਡਾਂਗ ਖੜਕਾ ਦਿਓ, ਲੋਕ ਆਪਸ ਵਿੱਚ ਲੜ ਜਾਣ, ਉਹਨਾਂ ਦੀਆਂ ਇੰਨੀਆਂ ਦੁਸ਼ਮਣੀਆਂ ਪੈ ਜਾਣ ਆਪਸ ਦੇ ਵਿੱਚ ਕਿ ਵੀ ਉਹ ਮੁੜ ਕੇ ਇਹਨਾਂ ਦੇ ਪਿੱਛੇ ਲੱਗੇ ਰਹਿਣ ਕਿ ਜੀ ਮੈਨੂੰ ਹੁਣ ਥਾਣੇ 'ਚੋਂ ਬਚਾਓ ਮੇਰੇ ਕੇਸ ਨੂੰ। ਸਵਾਲ ਹੀ ਬਦਲ ਡਾਟਾ ਪੈ ਲੱਗਾ, ਜਦੋਂ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਆਮ ਆਦਮੀ ਪਾਰਟੀ ਕਿਤੇ ਦਿਖਾਈ ਨਹੀਂ ਦਿੱਤੀ, ਹੁਣ ਤੁਸੀਂ ਜਿਹੜੀ ਗੱਲ ਕਹਿ ਰਹੇ ਕਿ ਲੋਕ ਉਲਝਣ ਇਹਨਾਂ ਦਾ ਫਾਇਦਾ ਹੈਗਾ, ਇਹਦਾ ਮਤਲਬ ਕਾਂਗਰਸ ਅਤੇ ਅਕਾਲੀ ਦਲ ਨੇ ਫਰੈਂਡਲੀ ਮੈਚ ਖੇਡਿਆ? ਨਹੀਂ, ਮੈਂ ਇਹਨੂੰ ਇਹ ਮੈਂ ਫਰੈਂਡਲੀ ਨਾ ਫਰੈਂਡਲੀ ਦੀ ਗੱਲ ਨਹੀਂ ਕਰਾਂਗਾ, ਮੈਂ ਇਹ ਕਰਾਂਗਾ ਵੀ ਲੋਕਾਂ ਨੂੰ ਇਹ ਫਰੈਂਡਲੀ ਹੈਗੇ ਨਹੀਂ ਹੈਗੇ ਤਾਂ ਇਹ ਜਾਣਨ, ਮੈਂ ਕੋਈ ਅੰਦਰ ਤਾਂ ਵੜਿਆ ਨਹੀਂ ਹੋਇਆ, ਪਰ ਮੈਂ ਇਹ ਕਹਾਂਗਾ ਵੀ ਲੋਕਾਂ ਨੂੰ ਇੰਨਾ ਭੜਕਾਹਟ ਪੈਦਾ ਕਰਨੀ, ਹੁਣ ਬਾਦਲ ਸਾਹਿਬ ਨੇ ਆਪਦਾ ਬਿਆਨ ਬਦਲਿਆ, ਪਹਿਲਾਂ ਸਵੇਰੇ ਬਾਦਲ ਸਾਹਿਬ ਨੇ ਆਖਿਆ ਫਿਰ ਅਸੀਂ ਮੁਕਾਬਲਾ ਕਰਾਂਗੇ। ਉਹ ਇੱਕ ਮੁੱਖ ਮੰਤਰੀ ਇੰਨੇ ਸਿਆਣੇ, ਇੰਨੇ ਵੱਡੇ ਨੇਤਾ ਜਿਨ੍ਹਾਂ ਦੀ ਇੱਕ ਛਵੀ ਬਹੁਤ ਵੱਡੀ ਹੈ, ਉਹਨਾਂ ਵੱਲੋਂ ਇਹ ਬਿਆਨ ਸੀਗਾ ਜਿਹੜਾ ਚੋਣਾਂ ਦੇ ਵੇਲੇ, ਇਹ ਬਿਆਨ ਕੋਈ ਬਹੁਤ ਜ਼ਿਆਦਾ ਐਪਰੀਸ਼ੀਏਬਲ ਨਹੀਂ ਲੱਗਦਾ ਉਹਦੇ ਵਿੱਚ, ਕਿਉਂਕਿ ਐਂ ਲੱਗਦਾ ਵੀ ਜਿਵੇਂ ਵੀ ਚੱਕ ਦੋ ਫੱਟੇ। ਇੱਦਾਂ ਹੀ ਕਾਂਗਰਸ ਦੇ ਇੱਕ ਨੇ ਆਖਿਆ, ਕਹਿੰਦਾ ਜੀ ਇਹ ਤਾਂ ਫਿਰ ਜਿਹਾ ਜਿਹਾ ਬੀਜਿਆ ਉਹੋ ਜਿਹਾ ਵੱਢਣਾ ਹੀ ਪਏਗਾ। ਹੁਣ ਜੇ ਬੀਜਿਆ ਵੱਢਣ ਦੀ ਗੱਲ ਕਰਾਂਗੇ ਅਸੀਂ ਤਾਂ ਨੈਚੁਰਲੀ ਇੱਕ ਝਗੜਾ ਤਾਂ ਪਏਗਾ। ਹੁਣ ਬਾਦਲ ਸਾਹਿਬ ਨੇ ਆਖਿਆ ਵੀ ਰਜਿਸਟਰ ਕਰੋ ਪਰ ਸ਼ਾਂਤਮਈ ਤਰੀਕੇ ਨਾਲ, ਹੁਣ ਬਿਆਨ ਆਇਆ। ਅੰਮ੍ਰਿਤਧਾਰ ਨੇ ਫਿਰ ਬਰਾਬਰ ਤੁਹਾਡਾ ਤਾਂ ਮੁਕਾਬਲਾ ਉਹੀ ਹੈ, ਲੋਕਤੰਤਰ ਦਾ ਕਤਲ ਤੁਸੀਂ ਵੀ ਕਰ ਰਹੇ ਸੀ, ਇਹ ਵੀ ਕਰਦੇ ਪਏ। ਮੈਂ ਫਿਰ ਸਵਾਲ ਉਹੀ ਕਰੂੰਗਾ ਤੇ ਵਾਰ-ਵਾਰ ਕਰੂੰਗਾ। ਦੇਖੋ ਗੱਲ ਇਹ ਹੈ, ਪਿਛਲੇ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਰੇਸ਼ੋ ਕੱਢ ਲਓ ਵੀ ਕਿੰਨੇ ਪਰਸੈਂਟ ਲੋਕਾਂ ਦੇ ਪੇਪਰ ਰੱਦ ਹੋਏ, ਦੂਸਰੀ ਗੱਲ ਕਿੰਨੇ ਜਿਹੜੀਆਂ ਹੈਗੀਆਂ ਲੜਾਈਆਂ ਹੋਈਆਂ, ਕਿੰਨੇ ਝਗੜੇ ਹੋਏ। ਮੈਂ ਗੁਰਪ੍ਰੀਤ ਜੀ ਉਹਨਾਂ ਦੀ ਗੱਲ ਦਾ ਜਵਾਬ ਦਿੰਦਾ, ਇਹ ਕਹਿੰਦੇ ਇੱਕਾ ਦੁੱਕਾ ਘਟਨਾਵਾਂ ਹੋਈਆਂ, ਕੀ ਐਡਮਿਨਿਸਟ੍ਰੇਸ਼ਨ ਦਾ ਵਕੀਲ ਵੀ ਹੋ ਨਾਲ ਧਾਰਨੀ ਸਾਹਿਬ, ਪਿਛਲੀ ਵਾਰੀ ਕੇਸ ਕਿੰਨੇ ਗਏ ਸੀ ਕੋਰਟ ਵਿੱਚ ਯਾਦ ਹੈ ਤੁਹਾਨੂੰ? ਮੇਰਾ ਖਿਆਲ 3 ਕੇ
सारा कुछ गलत किया सानू लोकां ने बाहर बिठाता ਇਹ ਜਿੱਤ ਕੇ ਆਏ ਆ ਇਹਨਾਂ ਨੇ ਬਿਲਕੁਲ ਫੇਅਰ ਐਂਡ ਕਲੀਨ ਜਿਹੜੀ ਹੈਗੀ ਆ ਲੋਕਾਂ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਦੇਣੀ ਸੀ ਇਟਸ ਏ ਫੇਲਰ ਆਫ ਐਡਮਿਨਿਸਟ੍ਰੇਸ਼ਨ ਇਹ ਚਾਰ ਫੋਟੋਆਂ ਦੀ ਗੱਲ ਕਰ ਰਹੇ ਆ ਕੀ ਇਹ ਫੋਟੋ ਹੈਗੀ ਆ ਜਿਹੜੀ ਕੱਲ੍ਹ ਨੂੰ ਤੁਸੀਂ ਮੈਨੂੰ ਦੱਸਿਓ ਵੀ ਪਰਚਾ ਦਰਜ ਹੁੰਦਾ ਜਾਂ ਨਹੀਂ ਹੁੰਦਾ ਨੰਬਰ 2 ਆਹ ਤੁਹਾਡੇ ਡੇਰਾ ਬਸੀ ਦੇ ਵਿੱਚ ਇੱਕ ਪੂਰੀ ਦੀ ਪੂਰੀ ਬੁੱਕ ਜਿਹੜੀ ਹੈਗੀ ਪਹਿਲਾਂ ਵੀ ਮੋਹਰਾਂ ਕਾਂਗਰਸ ਦੇ ਉਹਦੇ 'ਤੇ ਨਿਸ਼ਾਨ 'ਤੇ ਲਾ ਕੇ ਰੱਖੀ ਪਈ ਸੀ ਔਰ ਜਿਹੜਾ ਉਸ ਟਾਈਮ ਮੁਲਾਜ਼ਮ ਸੀ ਉਹਦੇ ਦਸਤਖਤ ਵੀ ਹੋਏ ਹੋਏ ਸੀ ਸੈਕਿੰਡ ਥਰਡ ਗੋਲੀ ਕਿੰਨੇ ਥਾਂ 'ਤੇ ਚੱਲੀ ਆ ਫੋਰਥ ਜਿਹੜੀਆਂ ਮਤਲਬ ਤੁਸੀਂ ਦੇਖਿਆ ਹੋਣਾ ਇੱਕ ਦਰਵਾਜ਼ਾ ਖੋਲ੍ਹ ਕੇ ਇੱਕ ਬੰਦਾ ਅੰਦਰ ਐਂਟਰ ਹੋ ਰਿਹਾ ਪੁਲਿਸ ਵਾਲੇ ਦੇ ਧੱਕੇ ਮਾਰ ਕੇ ਉਹਨੂੰ ਸਿੱਟ ਕੇ ਲੋਕਾਂ ਨੂੰ ਅੰਦਰ ਵਾੜ ਕੇ ਭੂਤ ਕੈਪਚਰਿੰਗ ਕਰ ਰਿਹਾ ਕੀ ਤੁਸੀਂ ਇੱਕ ਟਾਈਮ ਇਹੋ ਜਿਹਾ ਆਊਗਾ ਦੇਖੋ ਅੱਜ ਤੱਕ ਤੁਸੀਂ ਗੱਲਾਂ ਕਰਿਆ ਕਰਦੇ ਸੀ ਕਿ ਜੀ ਬਿਹਾਰ ਵਾਲਾ ਹਾਲ ਹੋ ਗਿਆ ਲੋਕ ਕਿਹਾ ਕਰਨਗੇ ਕਿ ਬਿਹਾਰ ਵਾਲੇ ਕਿਹਾ ਕਰਨਗੇ ਕਿ ਅੱਜ ਪੰਜਾਬ ਵਾਲਾ ਹਾਲ ਹੋ ਗਿਆ ਜੋ ਪੰਜਾਬ ਦੀਆਂ ਅੱਜ ਫੋਟੋਆਂ ਜਿਹੜੀਆਂ ਹੈਗੀਆਂ ਸਾਹਮਣੇ ਤੁਹਾਡੇ ਤੇ ਟੀਵੀ ਦਿਖਾ ਰਹੇ ਆ ਤੁਸੀਂ ਦਿਖਾ ਰਹੇ ਆ ਚਲੋ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਇਲਜ਼ਾਮਾਂ ਦੀ ਸਿਆਸਤ ਚੱਲਦੀ ਰਹਿਣੀ ਹੈਗੀ ਅਤੇ ਇਲਜ਼ਾਮਾਂ ਦੀ ਸਿਆਸਤ ਦੇ ਵਿੱਚੋਂ ਤੁਹਾਡੇ ਲਈ ਕੀ ਨਿਕਲਦਾ ਪਿਆ ਹੈਗਾ ਡਾਕਟਰ ਪਹਿਲਾ ਗੱਲ ਕਹਿੰਦੇ ਆ ਕਿ ਮੁੱਦੇ ਆ ਜਿਹੜੇ ਉਹ ਤਾਂ ਰੋਲ ਦਿੱਤੇ ਗਏ ਪਰ ਸਵਾਲ ਇਹ ਹੈਗਾ ਕਿ ਉਹਨਾਂ ਮੁੱਦਿਆਂ ਦਾ ਜ਼ਿਕਰ ਕਿਸ ਨੇ ਕਰਨਾ ਸੀਗਾ ਉਹਨਾਂ ਮੁੱਦਿਆਂ ਦਾ ਫਿਕਰ ਕਿਸ ਨੇ ਕਰਨਾ ਸੀ ਜ਼ਿਕਰ ਅਤੇ ਫਿਕਰ ਜਦੋਂ ਨਾ ਹੋਵੇ ਤਾਂ ਫਿਰ ਇਲਜ਼ਾਮ ਇੱਕੋ ਹੀ ਰਹਿ ਜਾਂਦਾ ਲੋਕਤੰਤਰ ਦਾ ਕਤਲ ਹੋ ਗਿਆ ਕਤਲ ਕੌਣ ਕਰ ਰਿਹਾ ਤੁਹਾਡਾ ਵੀ ਕਤਲ ਕੀਤਾ ਜਾ ਰਿਹਾ ਕਿਉਂਕਿ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਜੋ ਗੱਲ ਨਾ ਸੁਣੀ ਜਾਵੇ ਤਾਂ ਫਿਰ ਉਹ ਮਰਡਰ ਹੀ ਹੁੰਦਾ ਦੇਖੋ ਵਾਪਸ ਆ ਰਹੇ ਹਾਂ ਹੋਰ ਸਵਾਲ ਹੋਣਗੇ ਜ਼ਰੂਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਚੱਲਿਆ ਕੀ ਹੈ ਡਾਕਟਰ ਪਹਿਲਾ ਗਰਗ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਕੀ ਚੱਲਿਆ ਦੇਖੋ ਜਿਸ ਤਰ੍ਹਾਂ ਸਵਾਲ ਹੈ ਇੱਥੇ ਤਾਂ ਇੱਕ ਦੂਜੇ 'ਤੇ ਇਲਜ਼ਾਮ ਤਰਾਸੀ ਚੱਲੀ ਹੈ ਇਸ ਤੋਂ ਅੱਗੇ ਕੁਛ ਨਹੀਂ ਹੋਇਆ ਅਤੇ ਇਲਜ਼ਾਮ ਤਰਾਸੀ ਦੇ ਵਿੱਚ ਇਹ ਹੈ ਵੀ ਜਿਹੜੀ ਸਰਕਾਰੀ ਧਿਰ ਹੈ ਚਾਹੇ ਇਹ ਠੀਕ ਹੈ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਇਲੈਕਸ਼ਨ ਕਮਿਸ਼ਨ ਨੇ ਕਰਾਉਣਾ ਅਤੇ ਇਲੈਕਸ਼ਨ ਕਮਿਸ਼ਨ ਦੇ ਵਾਸਤੇ ਵੀ ਇੱਕ ਗੱਲ ਤਰੀਕਾ ਵੀ ਇਹ ਗੱਲ ਠੀਕ ਹੋਣੀ ਚਾਹੀਦੀ ਹੈ ਇਹ ਨਹੀਂ ਕਹਿਣਾ ਵੀ ਸਾਡੇ ਹੱਕ 'ਚ ਕਰੋ ਜਾਂ ਨਾ ਕਰੋ ਪ੍ਰਸ਼ਾਸਨ ਸਾਰਾ ਅਲਟੀਮੇਟਲੀ ਠੀਕ ਹੈ ਉਹਦੀ ਡਿਸਪੋਜ਼ਲ 'ਤੇ ਹੁੰਦਾ ਟੈਕਨੀਕਲੀ ਅਤੇ ਪਰ ਹੁੰਦਾ ਤਾਂ ਸਰਕਾਰ ਕੋਲ ਹੈ ਹੁਣ ਜਿਹੜੀ ਅੱਜ ਬਾਦਲ ਸਾਹਿਬ ਨੇ ਗੱਲ ਕਰੀ ਵੀ ਡੀ ਜੀ ਪੀ ਨਾਲ ਤਾਂ ਉਹਨਾਂ ਦੀ ਹੋ ਰਹੀ ਉੱਥੋਂ ਦਾ ਐਸ ਐਸ ਪੀ ਫੋਨ ਨਹੀਂ ਚੁੱਕ ਰਿਹਾ ਇੱਕ ਐਕਸ ਸੀ ਐਮ ਹੋਣ ਉਹ ਫੋਨ ਕਰਨ ਅਤੇ ਉਹਨਾਂ ਦਾ ਫੋਨ ਐਸ ਐਸ ਪੀ ਮੈਂ ਕਹਿੰਦਾ ਉਹ ਸੌ ਬਿਜ਼ੀ ਹੋ ਸਕਦਾ ਉਹ ਕਿਉਂਕਿ ਐਸਾ ਜ਼ਿਆਦਾ ਸਾਰਾ ਵੱਡਾ ਮਸਲਾ ਹੈ ਪਰ ਮਾਲਵੇ ਦੇ ਤਾਂ ਪਿੰਡ ਹੀ ਵੱਡੇ ਨੇ ਉੱਥੇ ਮੁਕਤਸਰ 'ਚ ਕਿੰਨੇ ਕੁ ਪਿੰਡ ਨੇ ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੋਣੀਆਂ ਹੁੰਦੀਆਂ ਨੇ ਇਸ ਇਲਜ਼ਾਮ ਨੂੰ ਜਸਟੀਫਾਈ ਕਿਵੇਂ ਕੀਤਾ ਜਾਊਗਾ ਕਿਹੜੇ ਪਹਿਲਾਂ ਕਰਕੇ ਵੀ ਐਸ ਐਸ ਪੀ ਨੇ ਫੋਨ ਨਹੀਂ ਚੁੱਕਿਆ ਮੇਰੀ ਬੇਨਤੀ ਇਹ ਹੈ ਵੀ ਜੇ ਫਾਰਮਰ ਸੀ ਐਮ ਜਿਹੜੇ 5 ਵਾਰੀ ਸੀ ਐਮ ਰਹੇ ਨੇ ਜੇ ਉਹ ਝੂਠਾ ਇਲਜ਼ਾਮ ਲਾਉਂਦੇ ਨੇ ਤਾਂ ਮੈਂ ਇਹ ਤੇ ਕੁਛ ਨਹੀਂ ਕਹਿ ਸਕਦਾ ਇਸ ਕਰਕੇ ਮੈਂ ਮੇਰੇ ਕੋਈ ਰੀਜ਼ਨ ਨਹੀਂ ਇਹ ਨਾ ਮੰਨਣ ਦਾ ਕਿ ਜੇ ਉਹਨਾਂ ਨੇ ਕਿਹਾ ਮੇਰਾ ਫੋਨ ਨਹੀਂ ਚੁੱਕਿਆ ਤਾਂ ਮੈਂ ਇਹਨੂੰ ਯਕੀਨ ਮੰਨਾਂਗਾ ਮੈਂ ਨਹੀਂ ਇਹਨੂੰ ਕਹਿ ਸਕਦਾ ਗੁਰਪ੍ਰੀਤ ਸੰਧੂ ਇਹ ਮੁੱਦਾ ਬਹੁਤ ਵੱਡਾ ਹੈਗਾ ਕਿ ਜੇ ਸਾਬਕਾ ਮੁੱਖ ਮੰਤਰੀ ਇਹ ਗੱਲ ਕਹਿਣ ਕਿ ਮੇਰਾ ਫੋਨ ਨਹੀਂ ਚੱਕਦਾ ਪਿਆ ਪ੍ਰਸ਼ਾਸਨ ਦਾ ਅਧਿਕਾਰੀ ਉਹਨਾਂ ਨੂੰ ਉੱਥੇ ਕੋਈ ਕੰਮ ਹੋ ਸਕਦਾ ਉਹਨਾਂ ਨੇ ਉੱਥੇ ਕੋਈ ਕੰਪਲੇਂਟ ਦਰਜ ਕਰਾਉਣੀ ਹੋਵੇ ਕੁਛ ਵੀ ਹੋ ਸਕਦਾ ਅਤੇ ਉਸ ਐਸ ਐਸ ਪੀ ਦੀ ਕਾਰਵਾਈ ਹੋਊਗੀ ਮੈਨੂੰ ਇਹ ਦੱਸੋ ਐਸ ਐਸ ਪੀ ਤੋਂ ਥੱਲੇ ਕੋਈ ਪੁਲਿਸ ਦਾ ਸਿਸਟਮ ਨਹੀਂ ਹੁੰਦਾ ਜਿਸ ਹਲਕੇ ਦੀ ਉਹ ਗੱਲ ਕਰਦੇ ਉਸ ਹਲਕੇ 'ਚ ਕੋਈ ਐਸ ਐਚ ਓ ਨਹੀਂ ਹੈ ਜਾਂ ਉੱਥੇ ਕੋਈ ਹੋਰ ਨੁਮਾਇੰਦਾ ਨਹੀਂ ਹੈ ਉੱਥੇ ਐਗਜ਼ੈਕਟਿਵ ਦੇ ਨੁਮਾਇੰਦੇ ਬੈਠੇ ਰਿਟਰਨਿੰਗ ਐਸ ਐਸ ਪੀ ਨੂੰ ਫੋਨ ਕਰਨ ਦੀ ਲੋੜ ਪਈ ਕਿਉਂ ਨੰਬਰ 1 ਫਿਰ ਇਹ ਜਿਹੜੀ ਚੀਜ਼ ਦਿਮਾਗ ਦੇ ਵਿੱਚ ਦਿਮਾਗ ਸੁਣ ਲਓ ਪਲੀਜ਼ ਦਿਮਾਗ ਦੇ ਵਿੱਚ ਇਹ ਹੋਣੀ ਵੀ ਮੈਂ ਐਕਸ ਸੀ ਐਮ ਮੈਂ ਸਿੱਧਾ ਐਸ ਐਸ ਪੀ ਨੂੰ ਫੋਨ ਕਰਦਾ ਉਹਨੇ ਨਹੀਂ ਚੱਕਿਆ ਬਦਤਮੀਜ਼ੀ ਹੈ ਉਹਦੀ ਮੈਂ ਉਹਨੂੰ ਕੰਡੋਨ ਨਹੀਂ ਕਰਦਾ ਸਰਾਸਰ ਬਦਤਮੀਜ਼ੀ ਹੈ ਪੁਲਿਸ ਵਾਲਿਆਂ ਦੀ ਇਹ ਬਿਮਾਰੀ ਹੈ ਹਰ ਜਗ੍ਹਾ 'ਤੇ ਯੂਟੀ 'ਚ ਵੀ ਇੱਥੇ ਚੰਡੀਗੜ੍ਹ 'ਚ ਹਰਿਆਣੇ 'ਚ ਪੰਜਾਬ 'ਚ ਐਨੀਵੇਅਰ ਤੁਸੀਂ ਫੋਨ ਨੰਬਰ ਉਹਨਾਂ ਦੇ ਜਿਹੜੇ ਦਿੱਤੇ ਆ ਉਹਨੂੰ ਕਰਕੇ ਵੇਖ ਲਓ ਕੋਈ ਨਹੀਂ ਚੱਕਦਾ ਕੋਈ ਆਫੀਸਰ ਨਹੀਂ ਚੱਕਦਾ ਇਹ ਹਾਇਰਾਰਕੀ ਇਸ ਤਰ੍ਹਾਂ ਦੀ ਬਣਾਈ ਹੈ ਅਥੋਰੀਟੇਟਿਵ ਇੰਨੇ ਹੋ ਗਏ ਆ ਔਰ ਪਾਵਰ ਗ੍ਰੈਬ ਇੰਨੀ ਕੀਤੀ ਵੀ ਹੈ ਇਹਨਾਂ ਨੇ ਆਈ ਐਮ ਨੋਟ ਬਲੇਮਿੰਗ ਮਿਸਟਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਹੱਕ ਹੈ ਭਾਵੇਂ ਡੀ ਜੀ ਪੀ ਨੂੰ ਫੋਨ ਕਰਨ ਲੇਕਿਨ ਐਕਸਪੈਕਟੈਂਸੀ ਇਹ ਹੋਣੀ ਕਿ ਉਹਨੇ ਮੇਰਾ ਫੋਨ ਨਹੀਂ ਚੱਕਿਆ ਇਸ ਕਰਕੇ ਸਾਰਾ ਪ੍ਰਸ਼ਾਸਨ ਖਰਾਬ ਹੋਇਆ ਪਿਆ ਤੁਹਾਡੇ ਵੇਲੇ ਅਸੀਂ ਫੋਨ ਕਰਦੇ ਸੀ ਸਾਡਾ ਤਾਂ ਥਾਣੇਦਾਰ ਵੀ ਨਹੀਂ ਚੱਕਦਾ ਰੌਲਾ ਇਹ ਨਹੀਂ ਹੈ ਆਈ ਡੂ ਨੋਟ ਕੰਡੋਨ ਕਾਂਗਰਸ ਡਜ਼ ਨੋਟ ਕੰਡੋਨ ਨੌਨਸੈਂਸ ਲਾਈਕ ਦਿਸ ਕਿ ਤੁਸੀਂ ਢਾ ਕੇ ਚਲੋ ਇੱਕ ਬੂਥ ਜਿੱਤ ਲਿਆ ਸੀ ਮੋਹਰਾਂ ਲਵਾਤੀਆਂ ਉੱਥੇ ਕੋ ਮੈਂ ਪਹਿਲਾਂ ਵੀ ਇੱਕ ਵਾਰੀ ਯਾਦ ਹੋਊਗਾ ਤੁਹਾਨੂੰ ਤੁਹਾਡੇ ਇੱਥੇ ਕਿਹਾ ਸੀਗਾ ਜਿਹੜਾ ਅਫਸਰ ਆਪਦੀ ਜ਼ਮੀਰ ਨਾਲ ਖੇਡ ਜਾਂਦਾ ਕਿਸੇ ਦੇ ਦਬਾਅ ਥੱਲੇ ਆ ਕੇ ਉਹ ਅਫਸਰ ਹੋਣ ਦੇ ਲਾਇਕ ਹੀ ਨਹੀਂ ਚਾਹੇ ਸਾਡੀ ਸਰਕਾਰ ਹੋਵੇ ਜਾਂ ਕਿਸੇ ਦੀ ਹੋਵੇ ਜਿਹੜਾ ਅੜਦਾ ਨਹੀਂ ਆਪਦੇ ਜ਼ਮੀਰ 'ਤੇ ਉਹ ਕਾਹਦਾ ਅਫਸਰ ਹੈ ਉਹ ਅਫਸਰ ਹੋਣਾ ਹੀ ਨਹੀਂ ਚਾਹੀਦਾ ਲੇਕਿਨ ਯੈਸ
ਲੋਕਲ ਜਿਹੜੇ ਆ ਹਰ ਇੱਕ ਮਸਲੇ ਦੇ ਉੱਤੇ ਦੋ ਦੋ ਚਾਰ ਚਾਰ ਸਿਪਾਹੀ ਇਕੱਠੇ ਕਰਕੇ ਉਹ ਆਪਸ 'ਚ ਇੱਕ ਦੂਜੇ ਨਾਲ ਕਰ ਲੈਂਦੇ ਵੀ ਇੱਧਰ ਆਇਆ ਤੂੰ ਸ਼ਾਮ ਨੂੰ ਦਾਰੂ ਪਿਆਵਾਂਗੇ ਦਿਸ ਕਾਇੰਡ ਆਫ ਅ ਥਿੰਗ ਹੈਪਨਸ ਐਂਡ ਇਟ ਇਜ਼ ਵੈਰੀ ਸੈਡ ਕਿ ਐਡੀਆਂ ਵਧੀਆ ਇਲੈਕਸ਼ਨਾਂ ਹੋਣੀਆਂ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਨੁਮਾਇੰਦੇ ਆਉਣੇ ਆ ਔਰ ਉਹਨਾਂ ਨੂੰ ਜਿਵੇਂ ਡਾਕਟਰ ਸਾਹਿਬ ਕਹਿੰਦੇ ਸੀਗੇ ਬ੍ਰੇਕ ਦੇ ਵਿੱਚ ਬਈ ਇਹਨਾਂ ਤੋਂ ਇਹਨਾਂ ਨੂੰ ਦੇ ਕਿਹੜਾ ਕੋਈ ਕੰਮ ਹੋਣੇ ਆ ਫਿਰ ਆਪਾਂ ਇਲੈਕਸ਼ਨਾਂ ਕਰਾਉਂਦੇ ਕਿਉਂ ਫਿਰ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਨੂੰ ਇਹ ਕਹੀ ਜਾਂਦਾ ਜੀ ਇਲੈਕਸ਼ਨ ਕਮਿਸ਼ਨ ਹੀ ਜਦੋਂ ਰਲਿਆ ਹੋਵੇ ਆਮ ਆਦਮੀ ਪਾਰਟੀ ਵਾਲੇ ਇਹਦਾ ਮਤਲਬ ਇਲੈਕਸ਼ਨ ਕਮਿਸ਼ਨ ਵਾਲੇ ਵੀ ਡਾਕੂ ਹੈ ਅਤੇ ਫਿਰ ਸਿਸਟਮ ਕਿਹੜੇ 'ਤੇ ਇਤਬਾਰ ਆ ਤੁਹਾਨੂੰ ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਉਹਨਾਂ ਨੇ ਸਾਤੋਂ ਪ੍ਰਸ਼ਾਸਨ ਮੰਗਿਆ ਦੇ ਤਾ ਉਹ ਪ੍ਰਸ਼ਾਸਨ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਗੇ ਇਲੈਕਸ਼ਨ ਕਮਿਸ਼ਨ ਵੇਖੇ ਹੁਣ ਇਲੈਕਸ਼ਨ ਕਮਿਸ਼ਨ ਜਿਹੜਾ ਅਫਸਰ ਉਹ ਵੀ ਸਾਡਾ ਤੁਸੀਂ ਕੱਲ੍ਹ ਨੂੰ ਕਹੋਗੇ ਆਪਦੀ ਮਰਜ਼ੀ ਦਾ ਅਫਸਰ ਲਾ ਲਿਆ ਇਲੈਕਸ਼ਨ ਕਮਿਸ਼ਨ ਤਾਂ ਇਤਬਾਰ ਕਿਸ ਚੀਜ਼ 'ਤੇ ਹੈ ਤੁਸੀਂ ਆਪਦੀਆਂ ਕੰਪਲੇਂਟਸ ਕਰੋ ਉਹ ਘੋਖਣਗੇ ਇਤਬਾਰ ਫਿਰ ਕਿਸ 'ਤੇ ਕਰੀਏ ਹੁਣ ਤੁਹਾਡੇ ਕੋਲ ਸਿਰਫ ਅਮ੍ਰਿਤਧਾਰ ਨਹੀਂ ਤੁਹਾਡੇ ਕੋਲ ਸਿਰਫ ਇੱਕ ਰਸਤਾ ਰਹਿ ਗਿਆ ਤੁਸੀਂ ਕੋਰਟ ਜਾਣਾ ਬਿਲਕੁਲ ਅਸੀਂ ਆਪਣੀ ਜਿਹੜੀ ਲੀਗਲ ਟੀਮ ਹੈਗੀ ਉਹਦੇ ਨਾਲ ਗੱਲ ਕਰਾਂਗੇ ਤੇ ਜੇ ਸਾਨੂੰ ਕੋਰਟ ਦਾ ਰਸਤਾ ਅਖਤਿਆਰ ਕਰਨਾ ਪਿਆ ਔਰ ਮੇਰਾ ਖਿਆਲ ਹੈ ਬਹੁਤ ਸਾਰੀ ਐਵੀਡੈਂਸ ਹੈਗੀ ਹੈ ਜਿਹਦੇ ਤਹਿਤ ਦੇਖੋ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਇੱਕ ਸਾਡਾ ਕੰਸਟੀਟਿਊਸ਼ਨ ਦੇ ਮੁਤਾਬਕ ਰਾਈਟ ਟੂ ਸਪੀਚ ਵਾਲੀ ਗੱਲ ਹੈਗੀ ਹੈ ਜਾਂ ਰਾਈਟ ਟੂ ਅਸੈਂਬਲੀ ਹੈਗੀ ਹੈ ਪੀਸਫੁੱਲ ਅਸੈਂਬਲੀ ਵਾਲੀ ਗੱਲ ਹੈਗੀ ਆ ਸਾਨੂੰ ਉਹ ਰਾਈਟ ਵੀ ਸਾਡਾ ਇਨਫਰਿੰਜ ਕਰ ਲਿਆ ਗਿਆ ਔਰ ਸਾਨੂੰ ਹਾਈ ਕੋਰਟ ਨੇ ਉਹ ਰਾਈਟ ਦਵਾਇਆ ਇਹਦਾ ਮਤਲਬ ਠੀਕ ਹੈ ਜਿਹੜਾ ਜਿਹੜੀ ਚੀਜ਼ ਹੈ ਸਾਡਾ ਜਿਹੜਾ ਗਲ ਕੁੱਟਿਆ ਕਰਨਗੇ ਅਸੀਂ ਹਾਈ ਕੋਰਟ ਜਾਵਾਂਗੇ ਅਮ੍ਰਿਤਧਾਰ ਨਹੀਂ ਹਾਈ ਕੋਰਟ ਜਾਵਾਂਗੇ ਅਮ੍ਰਿਤਧਾਰ ਨਹੀਂ ਤੁਹਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਅਸੀਂ ਹਾਰੇ ਪਏ ਆ ਹਾਰ ਤੋਂ ਪਹਿਲਾਂ ਹੀ ਡਿਫੈਂਸਿਵ ਮੋਡ ਦੇ ਵਿੱਚ ਆ ਜਾਓ ਕਿ ਸਿਆਸੀ ਜ਼ਮੀਨ ਆ ਬਚਾ ਲਈ ਜਾਵੇ ਨਾ ਮੈਂ ਇਹ ਗੱਲ ਕਹਿ ਰਿਹਾ ਕਿ ਕਾਂਗਰਸ ਹਾਰ ਚੁੱਕੀ ਆ ਕਾਂਗਰਸ ਹਾਰ ਚੁੱਕੀ ਆ ਰੀਜ਼ਨ ਕੀ ਆ ਸੁਣੋ ਮੇਰੀ ਗੱਲ ਮੈਂ ਤਾਂ ਕਹਿੰਦਾ ਖਿਲਾਫੀ ਦੋ ਸਾਰੀ ਸਿਆਸਤ ਹਾਰ ਚੁੱਕੀ ਆ ਤੁਸੀਂ ਸਾਰਿਆਂ ਨੇ ਪਿੰਡਾਂ 'ਚ ਪਾੜਾ ਪਾਤਾ ਸਾਰੇ ਜਣਾਂ ਨੇ ਬਿਲਕੁਲ ਨਹੀਂ ਦੇਖੋ ਇਲੈਕਸ਼ਨ ਇਸ ਕਰਕੇ ਹਾਰ ਚੁੱਕੀ ਆ ਜਦੋਂ ਤੱਕ ਇਲੈਕਸ਼ਨ ਪਤਾ ਉਦੋਂ ਲੱਗਦਾ ਜਦ ਮੈਦਾਨ ਦੇ ਵਿੱਚ ਦੋ ਭਲਵਾਨ ਲੜਦੇ ਆ ਇਹ ਨਹੀਂ ਹੈਗਾ ਕਿ ਇੱਕ ਨੂੰ ਅਖਾੜੇ ਦੇ ਵਿੱਚ ਬਣਨੇ ਨਾ ਤਾਂ ਉਹ ਦੂਆ ਜਿਹੜਾ ਹੈਗਾ ਗੇੜੇ ਖਾ ਕੇ ਕਹੇ ਜੀ ਅਸੀਂ ਜਿੱਤ ਗਏ ਬਹੁਤ ਬਹੁਮਤ ਨਾਲ ਜਿੱਤ ਗਏ ਔਰ ਅਸੀਂ ਖੜੇ ਖੜਾਏ ਜਿੱਤ ਗਏ ਲੋਕਾਂ ਨੇ ਸਾਡੇ 'ਚ ਬਹੁਤ ਵਿਸ਼ਵਾਸ ਹੈ ਇਸ ਕਰਕੇ ਇਹ ਗੱਲਾਂ ਜਿਹੜੀਆਂ ਹੈਗੀਆਂ ਦੇਖੋ ਡੈਮੋਕ੍ਰੇ ਮੈਂ ਸਟਾਰਟ ਇਹ ਤੋਂ ਕੀਤਾ ਸੀ ਕਿ ਡੈਮੋਕ੍ਰੇਸੀ ਦਾ ਕਾਂਗਰਸ ਗੌਰਮੈਂਟ ਨੇ ਜਦੋਂ ਜਦੋਂ ਵੀ ਆਈ ਆ ਇਹਨਾਂ ਨੇ ਘਾਣ ਕੀਤਾ ਐਤਕੀ ਵੀ ਕੀਤਾ ਠੀਕ ਹੈ ਸਤਵੀਰ ਵਾਲੀ ਇਹਨਾਂ ਨੇ ਕਹਿੰਦਾ ਭਲਵਾਨ ਸਵਾਦ ਉਦੋਂ ਆਉਂਦਾ ਜੋ ਭਲਵਾਨ ਮੈਦਾਨ 'ਚ ਲੜਦੇ ਆ ਭਲਵਾਨ ਤਾਂ ਘਰੇ ਬੈਠੇ ਆ ਆਰਡਰ ਕਰਦੇ ਪਏ ਆ ਵਰਕ ਲੜਾਉਂਦੇ ਪਏ ਆ ਪਿੰਡਾਂ ਵਾਲੇ ਲੜਾ ਰਹੇ ਆ ਕਿਹੜੇ ਭਲਵਾਨ ਹੈ ਸਤਵੀਰ ਵਾਲੀ ਮੈਂ ਦੇਖੋ ਭਲਵਾਨ ਤਾਂ ਪਿਛਲੀ ਵਾਰ ਵੀ ਜਾਂ MC ਇਲੈਕਸ਼ਨ ਹੋਏ ਸੀਗੇ ਭਲਵਾਨਾਂ ਨੇ ਲੜਾਏ ਸੀਗੇ ਤੁਸੀਂ ਦੇਖਿਆ ਪਟਿਆਲੇ 'ਚ ਕਿਵੇਂ ਪਿਛਲੀ ਵਾਰੀ EVM ਸੀਗੀਆਂ ਤਾਂ ਉਹਨਾਂ ਨੇ ਕਿਵੇਂ ਪੁਲਿਸ ਵਾਲਿਆਂ ਨੇ ਬੂਥਾਂ ਦੇ ਕਬਜ਼ੇ ਕਰਕੇ ਈਵਨ ਕਿ ਮੀਡੀਆ ਨੂੰ ਵੀ ਦੂਰ ਦੂਰ ਤੱਕ ਭਜਾਇਆ ਪੁਲਿਸ ਵਾਲਿਆਂ ਨੇ ਅਤੇ ਬੂਥਾਂ ਦੇ 11:30 ਵਜੇ ਕਬਜ਼ੇ ਕਰਕੇ ਬਟਨ ਦੱਬਣੇ ਸ਼ੁਰੂ ਕਰਤੇ ਸੀਗੇ ਅਤੇ ਹੁਣ ਇਸ ਵਾਰ ਬੈਲਟ ਪੇਪਰ 'ਤੇ ਸਟੈਂਪਾਂ ਲਾ ਕੇ ਕੰਮ ਸ਼ੁਰੂ ਹੋ ਗਿਆ ਤਾਂ ਤੁਹਾਡੀ ਗੱਲ ਸਹੀ ਹੈ ਇਹ ਭਲਵਾਨ ਜਿਹੜੇ ਘਰ ਬੈਠ ਕੇ ਲੜਾਉਂਦੇ ਚਾਹੇ ਜਦੋਂ ਅਕਾਲੀ ਦਲ BJP ਸੀਗੀ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਦੇ ਭਲਵਾਨਾਂ ਨੇ ਲੜਾਏ ਅਤੇ ਹੁਣ ਕਾਂਗਰਸ ਕਰ ਰਹੀ ਹੈ ਪਰ ਤੁਹਾਡਾ ਕੁਐਸਚਨ ਬੜਾ ਵੈਲਿਡ ਹੈਗਾ ਜਿਹੜਾ ਤੁਸੀਂ ਆਪਣਾ ਕੈਪਸ਼ਨ ਦਿੱਤਾ ਹੈ ਕਿ ਪੇਂਡੂ ਚੋਣਾਂ ਪੀੜਿਤ ਕੌਣ ਹੁਣ ਕੀ ਉਹ ਭਲਵਾਨ ਪੀੜਿਤ ਨੇ ਉਹ ਭਲਵਾਨ ਤਾਂ ਆਪਣੀ ਨੱਕ ਦੀ ਲੜਾਈ ਲੜ ਰਹੇ ਹੈ ਪੀੜਿਤ ਕੌਣ ਨੇ ਪੀੜਿਤ ਜਿਹੜੇ ਜਿਨ੍ਹਾਂ ਦੇ ਕੰਮ ਹੋਣੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮਤਲਬ ਇਹ ਨਹੀਂ ਪਤਾ ਕਿ ਗ੍ਰਾਮ ਪੰਚਾਇਤ ਕੀ ਚੀਜ਼ ਹੈ ਗ੍ਰਾਮ ਪੰਚਾਇਤ ਸਾਨੂੰ ਕੀ ਫੈਸਿਲਿਟੀ ਮਿਲਣੀ ਆ ਮੈਂ ਕਹਿੰਦਾ ਅੱਧੇ ਦੇ ਜ਼ਿਆਦਾ ਇਲੈਕਸ਼ਨ ਲੜਨ ਵਾਲੋਂ ਨਹੀਂ ਪਤਾ ਹੋਣਾ ਕਿ ਗ੍ਰਾਮ ਪੰਚਾਇਤ ਦਾ ਮਤਲਬ ਕੀ ਹੈ ਸਿਰਫ ਇਹ ਜਿਹੜੇ ਭਲਵਾਨ ਬੈਠੇ ਨੇ ਆਪਣੇ ਮੋਹਰੇ ਯੂਜ਼ ਕਰਕੇ ਉਹਨਾਂ ਨੂੰ ਆਪਸ 'ਚ ਪੜਾ ਰਹੇ ਨੇ ਲੋਕਾਂ 'ਚ ਆਪਸ 'ਚ ਡਿਸਪਿਊਟ ਕ੍ਰੀਏਟ ਕਰ ਰਹੇ ਹਨ ਤਾਂ ਕਿ ਇਹਨਾਂ ਦੀ ਵੱਡੀ ਚੋਣਾਂ 'ਚ ਇਹਨਾਂ ਦੀ ਵੋਟਾਂ ਦੀ ਗਿਣਤੀ ਵੱਧ ਜੇ ਇਹਨਾਂ ਦੇ ਇੱਕ ਆਧਾਰ ਪੈਦਾ ਹੋ ਜੇ ਬਟ ਇਹ ਬਹੁਤ ਗਲਤ ਹੈ ਡੈਮੋਕ੍ਰੇਸੀ ਵਾਸਤੇ ਬਹੁਤ ਗਲਤ ਹੈ ਇਹ ਜਿਸ ਅਸੀਂ ਪਹਿਲਾਂ ਵੀ ਕਿਹਾ ਸੀਗਾ ਇਹ ਰਾਜਨੀਤੀ ਵਾਸਤੇ ਬਹੁਤ ਗਲਤ ਹੈ ਇਹ ਰਾਜਨੀਤੀ ਕੱਲ੍ਹ ਨੂੰ ਸਾਡੇ ਦੇਸ਼ ਨੂੰ ਇੱਕ ਡਾਊਨ ਲੈਵਲ 'ਤੇ ਲੈ ਕੇ ਜਾਏਗੀ ਨਾ ਕਿ ਇੱਕ ਡੈਮੋਕ੍ਰੇਸੀ ਨੂੰ ਜਿਹਨੂੰ ਹੰਗਾਰਾ ਦੇਵੇਗੀ ਅਤੇ ਨਾ ਇਹ ਇੱਕ ਜਿਹੜੀ ਵੈਲਫੇਅਰ ਜਿਹੜੀ ਸਟੇਟ ਵੈਲਫੇਅਰ ਹੈ ਸਟੇਟ ਵੈਲਫੇਅਰ ਦਾ ਵੀ ਇਹ ਬਹੁਤ ਵੱਡਾ ਨੁਕਸਾਨ ਕਰੇਗੀ ਇੱਕ ਵਾਰ ਗੁਰਪ੍ਰੀਤ ਸਿੰਘ ਦੁਆਰਾ ਡਟ ਪਹਿਲਾਂ ਕਰ ਇਹ ਪਾੜਾ ਪਾਉਣ ਵਾਲੀ ਜਿਹੜੀ ਪੋਲਿਟਿਕਸ ਹੈਗੀ ਆ ਇਹ ਕਿੱਥੇ ਜਾ ਕੇ ਰੁਕੇਗੀ ਕਿ ਵਧੀ ਜਾਊਗੀ ਮੈਂ ਇੱਕ ਛੋਟੀਆਂ ਦੋ ਗੱਲਾਂ ਹੋਰ ਕਹਾਂਗਾ ਨਾਲ ਹੀ ਪਹਿਲੀ ਗੱਲ ਇਹ ਵੀ ਕਾਗਜ਼ ਨਹੀਂ ਭਰਨ ਦਿੱਤੇ ਗਏ 30 ਸਰਬਸੰਮਤੀਆਂ ਪਿਛਲੀ ਵਾਰੀ ਹੋਈਆਂ ਸੀ ਐਤਕੀ 33 ਹੋਈਆਂ ਨੇ ਉਦੋਂ 332 ਸੀਟਾਂ ਸੀ ਐਤਕੀ 354 ਸੀਟਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 300 ਜਿਹੜੀਆਂ 21 ਸੀਟਾਂ ਰਹਿ ਗਈਆਂ 33 ਹੋਈਆਂ ਨੇ 354 ਚੋਂ ਅਤੇ ਜਿਹੜੀਆਂ 321 ਸੀਟਾਂ ਰਹਿ ਗਈਆਂ ਉਹਦੇ ਅਗੇਂਸਟ 855 ਕੈਂਡੀਡੇਟ ਨੇ ਜੇ ਕੈਂਡੀਡੇਟ ਫਾਰਮ ਹੀ ਨਹੀਂ ਭਰਨ ਦਿੱਤੇ ਤਾਂ 855 ਕਾਂਗਰਸ ਦੀ ਰਹੋ ਇੱਕ ਸਵਾਲ ਹੈ ਮੇਰਾ ਪਿਛਲੀ ਵਾਰੀ ਜਿਹੜੀਆਂ ਬੱਚੀਆਂ ਸੀ 303 ਉਹਦੇ ਗਏ 760 ਕੈਂਡੀਡੇਟ ਸੀਗੇ ਪ੍ਰਪੋਰਸ਼ਨੇਟਲੀ ਕੋਈ ਘੱਟ ਨਹੀਂ ਇੱਦਾਂ ਹੀ ਅਸੀਂ ਜੇ
पंचायत समितियां की गल करिए, पंचायत समितियां तो जिला पिछले ला के 2883 कैंडीडेट खड़े हुए ने, सॉरी 6883, जे 6883 कैंडीडेट खड़े हुए ने तो 2900 तकरीबन सीट बनती है टोटल रला के, तो फिर वो कौन ने जे ये नहीं। कद कद ब्लॉक की एक एक ब्लॉक की मैं देखी है रिपोर्ट, जिमें जे 15 सीटा ने 16 ने एक जित गया अनअपोज्ड, 15 के उत्ते 31-32 कैंडीडेट खड़े ने, 21 के उत्ते 42-43-44 खड़े ने, वो कितों आए ने कैंडीडेट जे जे कागज नहीं भरने। ये ठीक है ज्यादतियां भी हुई हो, क्योंकि ये डॉक्टर साहब ने एक सवाल कर भी देखो जी कहदे वास्ते चोणा, चोणा इस वास्ते ने इन च दो मिनिस्टर के, 6 एक्स मिनिस्टर के, 12 एमएलएआं के उन्होंने बच्चे खड़े हो रहे हैं, क्योंकि लॉन्चिंग पैड है वो सारे जिला परिषदों कितने ना कितने एडजस्ट होने के फैसले ने। पटियाले चो दोनों अनअपोज्ड जित गए हैं, ये बीबी जगीर कौर दा उनकी बेटी खड़ी हो रही है, सुनता लाओ ना, बीबी जगीर कौर की बेटी खड़ी है, अकाल तख्त के जथेदार साहब का बेटा खड़ा। सो जब तुम ये गल देखते हो मोफर साहब का मुंडा खड़ा जी, फलाने फतेह जंग का वह खड़ा जी, किसी का जवाई खड़ा, किसी का पुत्र खड़ा, किसी का भतीजा खड़ा, किसी का भाई खड़ा, जब तुम वो कहदे वास्ते है, वो कॉमन मैन वास्ते नहीं है। मैं यही कहना उन्होंने डांग नहीं बजेगी, यही मैं कहना, क्योंकि जिहड़े आम लोग ने फिर जे चोणा इस डेमोक्रेसी रहनी नहीं, ये तो इतने हो रहा भी डेमोक्रेसी, मैं कहना डेमोक्रेसी का एडो वड्डा कारण की होगा, पंजाब 13,000 पंचायत है, जे जून तो दसंबर के महीने अजलास ना हो, पिछले 15-20 सालों तो सरपंच ऑटोमैटिकली सस्पेंडेड है अंडर द एक्ट, किहड़ा सरपंच सस्पेंड होया, डेमोक्रेसी तो खत्म हो गई उत्थे। इस तरह ही जिला परिषदां दी ब्लाक समितियां दी जिन्हें अधिकार नहीं मिले हो वक्री गल, 29 महकमे देने से नहीं दिते गए अजे तक, 3.5-2.5 महकमे जो दिते वो भी लंघड़े ही ने, पर जिहड़े हैगे ने अधिकार वो किन्ने क यूटीलाइज हो रहे हैं, वो किवें ये बिटवीन द इलैक्टेड जिहड़ा चुनिया होया नुमाइंदा है उहदे मुकाबले जिहड़ा BDO है यानी कि उहदा सैकटरी है किस्म का, जिहड़ा ADCD है जिहड़ा उहदा CEO है जिला परिषद का, उहदे च उहदे अधिकारां च किवें तुसीं दिखाया है भी नहीं आ चुने हुए बंदे फैसले करेंगे। सो जब तुम वड्डा कारण है, मैं कहना चोणों का डेमोक्रेसी का जी शांतमई जी चोण होनी चाहिए ज़्यादा जरूरी है, शांतमई चोण हो के हरेक नूं बराबर का मौका दे के इहदे नाल डेमोक्रेसी बचती है, कोई शक नहीं है, पर एक एक्सरसाइज है डेमोक्रेसी का रोज़ कारण हो रहा है, रोज़ कारण हो रहा है। छोटा ब्रेक लाना, ब्रेक तो वापस आवेंगे। पाड़ा पाने वाली पॉलिटिक्स का मंतव है की है, सिर्फ मिशन 2019 की असं गल करके इतने चुप कर चुके हैं, पर इस तो अगे भी देखने जरूरत है, जे अज पाड़ा पै रहा है कहते जे पाड़े नूं पूरिया ना जाए तो पाड़ा वधदा जांदा, तो पाड़ा वधदा जाएगा जे असी जागरूक ना होए तो साडे च पाड़ा पाया जा रहा, इन्हां नूं समझण की कोशिश करो, ये कर की रहे हैं पेंडू चोणा, पीड़ित कौन है, आपदे आप नूं पीड़ित कह रहे हैं, पर पीड़ित असी तुसी हां जिन्हां की गल नहीं सुनी जा रही। ब्रेक तो वापस आ रहे हैं। जिला परिषद ते पंचायत समिति दीआं चोणां चलिया की है, डॉक्टर गुरप्रीत संधु जाहिर जी गल सत्ता दे रचे तुसी हो, तुहाडे ते इल्जाम लगणगे क्योंकि तुहाडे ते सारा कंट्रोल सीगा, इह सारा तुसी कंट्रोल करना। गुरप्रीत संधु सवाल बड़ा समाजिक हैगा, समाजिक ताने बाणे दा, जे पिंडां विच भाईचारक सांझ टुटदी पई है इहदे लई वी किते ना किते पोलिटिकल सिस्टम जिम्मेवार है, वो पोलिटिकल सिस्टम जिहदीआं नीतियां करके किसान खुदकुशी कर रहे हैं, जिहदीआं नीतियां करके आर्थिक असामापन हो रहा है, जिहदीआं नीतियां करके मुंडे इत्थों बाहर जा रहे हैं, वो पोलिटिकल सिस्टम है जिहड़ा उसनूं किवें दुरुस्त कीता जाएगा। ਜਿਹੜੀ ਤੁਸੀਂ ਗੱਲ ਕਹੀ ਆ ਜਿੰਨੀਆਂ ਕਹੀਆਂ ਨੇ ਬਿਲਕੁਲ 100% ਸਹੀ ਹੈ। ਸਰਕਾਰ 'ਚ ਹੋਈਏ ਅਸੀਂ ਜਾਂ ਨਾ ਹੋਈਏ ਉਹਦੇ ਨਾਲ ਫੈਕਟਸ ਚੇਂਜ ਨਹੀਂ ਹੁੰਦੇ, ਨਾ ਝੂਠ ਮਾਰਿਆ ਝੂਠ ਦਾ ਸੱਚ ਹੋਣਾ। ਦੋ ਕੁ ਗੱਲਾਂ ਮੈਂ ਇਸ ਮਸਲੇ 'ਤੇ ਕਰਨਾ ਅਤੇ ਸਿਰਫ 2 ਸਕਿੰਟ ਵਾਸਤੇ ਮੈਂ ਆਪਦੇ ਸਾਥੀਆਂ ਦੀ ਥੋੜ੍ਹੀ ਜਿਹੀ ਉਹ ਕਾਊਂਟਰ ਕਰਨਾ ਚਾਹੁੰਦਾ। ਧਾਰਨੀ ਸਾਹਿਬ ਕਹਿੰਦੇ ਆ ਜੀ ਵੀ ਉੱਥੇ ਅਸੀਂ ਪਰਮਿਸ਼ਨ ਲਈ, ਸਾਨੂੰ ਹਾਈ ਕੋਰਟ ਨੇ ਰੈਲੀ ਦੀ ਪਰਮਿਸ਼ਨ ਦਿੱਤੀ, ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ। ਮੈਨੂੰ ਇਹ ਦੱਸੋ ਸਾਰੇ ਪੰਜਾਬ ਦੇ ਵਿੱਚੋਂ ਸ਼ਰਾਰਤ ਦੇਖੋ, ਸਾਰੇ ਪਾਸੇ ਜਦੋਂ ਦੀ ਰਿਪੋਰਟ ਆਈ ਰਣਜੀਤ ਸਿੰਘ ਕਮਿਸ਼ਨ ਦੀ ਉੱਥੇ ਸਾਰੇ ਤੋਏ ਤੋਏ ਹੋਏ ਪਈ ਹੈ ਸਾਰੇ ਪਾਸੇ। ਔਰ ਇਹਨਾਂ ਨੇ ਕਿੱਥੇ ਜਗ੍ਹਾ ਚੁਣੀ ਹੈ? ਮੋਸਟ ਸੈਂਸਿਟਿਵ ਪਲੇਸ ਫਰੀਦਕੋਟ। ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਥੇ ਸੈਂਸਿਟਿਵ ਏਰੀਆ, ਸੈਂਸਿਟਿਵ ਇਸ਼ੂ ਹੈ, ਉੱਥੇ ਕੋਈ ਇਹੋ ਜਿਹਾ ਬਿਆਨਬਾਜ਼ੀ ਹੋ ਗਈ ਅਤੇ ਚਾਹੇ ਭਾਵੇਂ 10 ਹੋਣ ਭਾਵੇਂ 20 ਹੋਣ 50 ਹੋਣ, ਜੇ ਉੱਥੇ ਖਹਿਬੜ ਪਿਆ ਆਪਸ ਦੇ ਵਿੱਚ ਤਾਂ ਉੱਥੇ ਜਾਨੀ ਮਾਲੀ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਉਹਦੇ ਕਰਕੇ ਅਸੀਂ ਉਹਦੇ 'ਤੇ ਕਿਹਾ ਵੀ ਇੱਥੇ ਤੁਸੀਂ ਨਾ ਕਰੋ, ਕਹਿੰਦੇ ਨਹੀਂ ਕਰਾਂਗੇ ਅਸੀਂ, ਫਿਰ ਅਸੀਂ ਬਹਿਣ ਲਾਤਾ। ਲੇਕਿਨ ਅਸੀਂ ਕੋਈ ਦਰਵਾਜ਼ੇ ਬੰਦ ਤਾਂ ਨਹੀਂ ਕੀਤੇ, ਹਾਈਕੋਰਟ ਨੇ ਕਿਹਾ ਆਪਦਾ ਤੁਸੀਂ ਬੰਦੋਬਸਤ ਕਰੋ, ਰੈਲੀ ਉੱਥੇ ਹੀ ਹੋਊਗੀ, ਕਰਾਤੀ। ਦੂਜੀ ਗੱਲ, ਸਤਵੀਰ ਵਾਲੀਆ ਜੀ ਕਹਿੰਦੇ ਜੀ ਦੇਖੋ ਭਲਵਾਨ ਹੈ ਜੀ ਇਹ ਲੜਾ ਰਹੇ ਹੈ, ਇਹਨਾਂ ਦੇ ਤਾਂ 10-10 ਭਲਵਾਨ ਫਿਰਦੇ ਆ ਪਿੰਡਾਂ ਦੇ ਵਿੱਚ ਲੋਕਾਂ ਨੂੰ ਉਕਸਾਉਂਦੇ। ਇਹਨਾਂ ਨੇ ਕਿਹੜੀਆਂ ਗੱਲਾਂ ਕਰਤੀਆਂ ਉੱਥੇ ਜਾ ਕੇ ਲੋਕਾਂ ਦੇ ਹੱਕ ਦੀਆਂ ਜਾਂ ਪੱਖ ਦੀਆਂ ਇਸ ਇਲੈਕਸ਼ਨ ਦੇ ਵਿੱਚ ਵੀ ਤੁਹਾਡਾ ਅਸੀਂ ਆਹ ਪੂਰ ਦਿਆਂਗੇ ਆਹ ਪੂਰ ਦਿਆਂਗੇ, ਰੌਲਾ ਸਿਰਫ ਇੰਨਾ ਹੈ, ਲੈਟ ਅਸ ਬੀ ਫੇਅਰ। ਅੱਜ ਇੱਥੇ ਬੈਠੇ ਪੈਨਲਿਸਟ ਜਿਹੜੇ ਹੈ, ਮੈਂ ਪਹਿਲ ਕਰਦਾ ਬਈ ਸਿਸਟਮ ਸਾਰਾ
सारा सिस्टम सुधारन वाला, मैं नहीं कहता गंदला जहा विगड़ गया, सुधारन वाला। लोगों की जदों तक गल नहीं, टैलीफोन दल सुन लो तुम, जे मुख्यमंत्री कहता भी सबका भी मेरा फोन नहीं सुनिया तो जो गरीब है वो एफ आई आर कौन कटूगा। लैट अस कलैक्टिवली टूगैदर, तुम उकसा बंद करो 2019 इलैक्शन, जो लोगों के मसले चकोगे लोग थोड़ा आपे जिता देंगे। तुम आपदे डिफेंस बंद करो, उतो गलतियां हुई वो जाके जिते थोड़ा रेलीवेंट जगह उतो माफ़ी मांग लो, आपे लोग माफ़ कर देंगे। जी कांग्रेस की है, कांग्रेस की पार्टी को भी मैं दोवें हथ जोड़ के मेरी पार्टी को करदा भी ये जो करते हो ना थां थां भी मैं विखे पर दिखाया ना साढ़े नाल की हूँ होगी ना, ये बंद करो। ये चीज़ा जिहड़ियां नुकसानदेह है इन द लोंग रन तुहाडे बच्चों वास्ते भी। सो इलैक्शन विनवर अनाउंस शुड बी फ्री एंड फेयर, एंड इलैक्शन कमीशन के उत्ते विश्वास रखना चाहिए जिमें असी कोर्ट्स से रखते हैं। इलैक्शन कमीशन में भी वो सख्ताई के नाल निर्णय लैके फैसले करने चाहिए है। जिन्या मैं अज का नहीं, मैं 66 ईयर ओल्ड, मैं बड़िया इलैक्शन वेखिया, मैं कदे अज तक इलैक्शन कमीशन वालों किसी कैंडीडेट का कैंडीडेट रद्द होंदा नहीं वेख्या, किसी कैंडीडेट के उत्ते उन्हां दा मैं एक्शन नहीं वेख्या। टी एन सैशन वर्गे बंदे जिहड़े सीगे वह भी रौला पापा थक गए। इलैक्शन कमीशन इज़ जस्ट ए डमी बॉडी जी इलैक्शन कंडक्ट करवाउंदी है तो लोगों को लड़ाई इसे छड्ड दिंदी है, एंड दैन दे गो टू द कोर्ट्स। 268 करोड़ पेंडिंग केस पे है हिंदुस्तान च, और उन्होंने घट्टो घट नहीं तो 10-15% तो योजे रौलों के हो गए। सो मैं एक गल चंगी लगी, इलैक्शन कमीशन है जिहड़ा वो उनके अधिकार खेत्र है नहीं गे वापसी मंगूगा। सो आपके हक लड़ना सीख लो, आपे सब कुछ ठीक हो जाऊगा, नहीं लड़ोगे तो थोड़ी हालत हो रही है। अमरदीप तार ने सियासत छोड़ो ते लोकां दी गल सुनो। बिलकुल ये सही गल है, लोक जिहड़ी सियासत वाली गल हैगी है, सियासत एक जरिया हैगा, एक ग्रुपिज़म हैगी है, एक इस तरह की संस्था बन गई है जिहड़ियां अपने लोगों के पिछे बैक ते खड़े हो के नाल मोढ़े नाल मोढ़ा ला के उन्हां दे राइट्स एंड ड्यूटीज़ जिहड़ियां हैगियां उन्हां नूं प्रॉपर वे दे नाल सही तरीके दे नाल उन्हां दी हैल्प करन तां कि साढ़े लोगों के जो राइट्स एंड ड्यूटीज़ हैगियां वो पूरियां हो सकन। मैं दिल से हथ रख के कहना जी भी साड़ी पार्टी से साड़ी सरकार हजारों मसलों के फेल है, तुम कहो तुम कहो भी सातों गलतियां हुई हैं, असं अभी भी कर रहे हैं, पर साड़ी गलती जो सानू दसी जाती है असी उन्हें सुधारन की कोशिश करते हैं। असी कोई रब नहीं, लेकिन असी फिर भी असी मुनकर नहीं होंगे, असी झूठ नहीं मारते, असी कदे नहीं कहांगे कि जी तख्त साहब का जथेदार ने आपका फैसला कर लिया, उन्हें सौदा साथ माफ़ करता, तुम माफ़ कराया, तुम पंजाब के माहौल वगाड़े है, अज तुम उस गल डिफेंस करने वास्ते खलल पा रखे सारे पंजाब दे विच, उत्थे रैली इत्थे रैली उत्थे रैली, की फायदा इन्हां रैलियां दा जिहड़े इत्थे करोड़ों रुपये खर्च कर रही है, कित्थों आए आ उह तुहाडी पार्टी तां पिटी जांदी, साडे कोल पैसा कोई नहीं। आ जिहड़े नाल बैठे साडे आम आदमी पार्टी वाले ये चकदे आ, उह इक इहनां कोल बंदा हैगा उहदे मूंह च माइक फड़ा दिंदे आ, उह पिंडां च लोकां नूं चकदा फिरदा आ, फिकर ना करो कविता सुणाउंदा पोलटरी वालिया, कदे मुद्दे दी गल कीती है सतवीर वालिया, सतवीर वालिया भाईचारा सांझ दी गल हो रही है, इह पाड़ा जिहड़ा पाउण लई उह कुछ समें लई हैगा, तुहानूं वोटां वी दे जाऊगा सब कुछ दे जाऊगा, पर भाईचारक सांझ जी पिंडां दी टुट रही है कि सरबसम्मति वाल रवाज है जो खत्म हुंदा जा रहा है। एक मैं जो पंजाब असी जाते हैं तो उत्थे बोर्ड असी पढ़ते होंगे सी भारत का सब तो वधिया पिंड, वो बोर्ड ही नहीं हुण सानूं देखते गए, ये खत्म करता तुसीं सारी सियासत ने, मैं सारी सियासत नूं कह रहा। नहीं थोड़ी सही गल है, एक जिहनूं कहिंदे आ मैं उही कहिंदा पोलीटिकल सिस्टम जिहड़ा सीगा, जिवें धारनी साहब ने भी कहा पोलीटिकल सिस्टम आजाद होया सीगा कि भी घट्ट तों घट्ट देश की डिवेलपमेंट, पब्लिक की डिवेलपमेंट, पब्लिक वैलफेयर, सोशल सिस्टम नूं जिहनूं कहिंदे ग्रो करन वास्ते वो पोलीटिकल सिस्टम शुरू होया सीगा, पर जब पोलीटिकल सिस्टम एक कुछ घरानियां तक लिमिटेड रह गया, एक जिहनूं कहिंदे आ पावर का नशा जब पोलीटिकल सिस्टम जाके बढ़ गया तो वह लोक मुद्दे लोक राज सारा पिछे हट गया। एक बहुत बदकिस्मत की गल है साढ़े, मैं कहिंदे पंजाब दे नहीं पूरे मुल्क जे हाल होया होया, तो वो जिहड़ी गल कर रहे। दूजी गल मैं संधु साहब बार बार गल कर रहे हैं डेमोक्रेटिक राइट की गल करते हैं, फिर मुड़ के साढ़े आ जाते हैं भी ये जाके उत्थे वो रौला पाने वो रौला पाने हैं, तो मैं लगता ये शायद साडा भी डेमोक्रेटिक राइट है कि लोगों नाल गल करिए, लोगों नाल डिस्कस करिए, कांग्रेस नूं पुछ के नहीं कर सकते हैं। जवाब सारिया पार्टियां कह रहा सतवीर वालिया जिहड़ा डेमोक्रेटिक राइट है, मैं सारी गल कर रहा जिवें ने गल की अपना पिंडां दी गल की,
मैं फिर रिपीट कर देना, पिछली डिबेट से भी गई थी कि भगवंत मान जी ने ओपनली कहा है कि जो मेरा MP का खेत्र है उत्थे कोई भी ग्राम पंचायत जो पिंड है जी कि उत्थे सरपंच सर्वसम्मति बनता है तो जो मेरा फंड है MP फंड है उस 5 लाख रुपया उस पिंड मैं दूंगा डिवेलपमेंट वास्ते। मतलब यही है कि लोगों के आपस ट्रस्ट वधे ना कि धड़ेबंदी पैदा होए, क्योंकि धड़ेबंदी पैदा होने की होना जो प्यारे लाल जी ने गल की ग्राम पंचायत की ड्यूटीज है उन्होंने आपके पिंड पहला जो MP लीडर जरा दिते हुए फंड दिते हुए स्कूल भी बना रहे हैं स्टेडियम भी बना रहे हैं होर चीजा भी डिवेलप कर रहे हैं भी डिवेलप कर यार गल कर लेने दो थोन तो हूं तक नहीं आया थोन 19 महीने हो गए तो उस तो बाद देखो मैं नॉर्मल गल कर रहा जो प्यारे लाल जी ने गल की है जे सर्वसम्मति पंचायत बनगिया तो लोगों उन्होंने राइट्स भी पता लगने शुरू हो गए ग्राम पंचायत का की काम है पता लगना शुरू होएगा तो काफ़ी हद तक जो सोशल वेलफेयर सोशल डिवेलपमेंट का काम है वो साढ़े निचले स्तर तक ही पूरे हो सकते हैं। अमरजीत आरनी फटाफट की कहना चाह रहे हो? देखो जी ये गल करते हैं ना बी जे सर्वसम्मति वाली गल हैगी है हमेशा जो राइट्स एंड ड्यूटीज है ना जिहड़ियां जो एक बंदा उभर के बाहर आता ना तो वह लोगों के भले जिहड़ा हैगा उन्होंने जागरूक करता सो ये जिहड़ियां पार्टियां होंदियां जागरूक करन दा काम करदियां ना कि इहदा मतलब ये नहीं हैगा कि ये पार्टी वाज जिहड़े धड़े हैगे आ अकाली या कांग्रेस ये बंद हो जाणियां चाहीदियां कि देखो हर आदमी नूं किसे ना किसे पार्टी दा या ग्रुप दा सहारा चाहीदा तां ही तुसीं अगे जिहड़ा हैगा वध सकदे डट पहला करके सहारा चाहीदा ये पोलीटिकल पार्टियां नूं वी सहारा चाहीदा दो ही गल्लां करांगे इक साडा सिस्टम पोलीटिकल है असैंबलियां पार्लीमेंट उत्थे तक पोलीटिकल क्योंकि नीति करनी है वो पोलीटिकल पार्टियां ने करनी है वो किसी व्यक्ति ने नहीं करनी किसी सर्वसम्मति ने नहीं करनी पर ये तीन संस्थावां ग्राम पंचायत पंचायत समिति ते जिला परिषद ये तिने संस्थावां सिर्फ विकास दी संस्थावां ने इन्हां ने कोई नीति नहीं करनी ये पार्टियां तय कर सकदी वी इत्थे तुसीं आपदा पार्टी चोण ते निशान ते पार्टियां दे तौर दे उत्ते लड़न दी बजाय इत्थे लोकां दा भाईचारा मेनटेन करो उत्ते पूरी डट गए क्योंकि जे नहीं होगा दूजी गल जे कहिंदे वी असीं उहनां नूं गाइड करदे आं 92,000 पंच सरपंच बनना है 2900 पंचायत समिति का मैंबर बनना है तो बिचों चेयरमैन वाइस चेयरमैन 353 हो 95,000 बंदा जे 95,000 अज लीडर बन जाए उन्होंने 46,000 45,500 औरत होनिया ने उन्होंने 10-12,000 होर दलित होना एडिशनल टू दैट तो जे वो लीडर सच्ची मुची जिमें धारनी साहब कहते लीडर बन रहे हैं जो उन्होंने लीडर बना दिता जाए तो पंजाब तो जोड़ा लीडरशिप का काल ही नहीं पाएगा अच्छी लीडरशिप आ जाएगी पर वो क्योंकि इन्ने परिवार थोड़े ने जिन्होंने कब्जा करना है 96,000 परिवार तो नहीं ना है जेड़ा कब्जा कर लू लॉन्चिंग पैड भी जरूरी है आपके बच्चे वास्ते नहीं हर एक बंदे नूं लॉन्चिंग पैड चाहिए उहदे वास्ते पार्टियां ज्वाइन करते हैं उहदे वास्ते आइडियोलॉजी ज्वाइन करते हैं लेकिन जे जिवें कह रहे हैं इन्ने हज़ारां लोगों के 7-10 या 12 इंटर पार्टी कोई लॉन्चिंग पैड किसी ने आपके मुंडे वास्ते वरतला गुनाह की है उहदा लेकिन ये जे सिर्फ तुसीं कहो भी जिवें जिथे मैं आपके पार्टी की गल करदा जिथे यूनैनिमसली बिना ऑपोजिशन तो कैंडीडेट इलैक्ट हुंदा इलैक्शन कमीशन नूं रद्द कर देनी चाहिए है भी ये मैं नहीं एक्सैप्ट करता उत्थे कैंडीडेट बराबर खड़ा होवे एक बार तुहानूं याद है अखिलेश यादव की वाइफ के खिलाफ ना कांग्रेस ने ना BSP ने ना किसी होर पार्टी ने लोकसभा जी ऑपोजिशन की खड़ी की सी दैट इज़ अ रोंग ट्रेंड ਮੈਂ ਕਹਿੰਦਾ ਜਿੰਨੇ ਸਰਸਮਤੀ ਨਾਲ ਹੋਏ ਆ ਨਾ ਪਿੰਡਾਂ ਤੇ ਪਾਰਲੀਮੈਂਟ 'ਚ ਬਹੁਤ ਫਰਕ ਹੈਗਾ ਜਿਹੜੀ ਪਾਰਲੀਮੈਂਟ ਤੁਸੀਂ ਗੱਲ ਕਰ ਰਹੇ ਹੋ ਪਿੰਡਾਂ ਦੀਆਂ ਚੋਣਾਂ ਹੋਰ ਹੈ ਮੈਂ ਕਹਿ ਰਿਹਾ ਵੀ ਜਿਹੜੇ ਬੰਦੇ ਅਨਪੋਜ ਇਲੈਕਟ ਹੋ ਰਹੇ ਆ ਉਹਨਾਂ ਦੀ ਇਲੈਕਸ਼ਨ ਹੀ ਰੱਦ ਹੋਣੀ ਚਾਹੀਦੀ ਹੈ ਚਾਹੇ ਸਾਡੀ ਪਾਰਟੀ ਦਾ ਕਿਸੇ ਪਾਰਟੀ ਦੇ ਯਾਨੀ ਕਿ ਸਾਂਝ ਰਹਿਣੀ ਨਹੀਂ ਚਾਹੀਦੀ ਸਾਂਝ ਕੀ ਹੈ ਯਾਰ ਮਤਲਬ ਕਈ ਪਿੰਡਾਂ ਕਈ ਪਿੰਡ ਸਾਂਝ ਨਾਲ ਸਾਂਝ ਚੁਣੇ ਗਏ ਆ ਗੋਲੇ ਚੱਲਣੇ ਪਿੰਡ ਰਾਮ ਲੱਗ ਰਹੇ ਆ ਸਾਡੇ ਤੇ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਤੁਹਾਡੇ ਬੰਦੇ ਜਿਹੜੇ ਆ ਮੋਹਰਾ ਲਾ ਰਹੇ ਆ ਤੁਹਾਡੇ ਬੰਦੇ ਜਿਹੜੇ ਆਪੋਜੀਸ਼ਨ ਕੈਂਡੀਡੇਟ ਮੋਹਰਾ ਨਹੀਂ ਹੋਰ ਗੱਲ ਹੈ ਜੀ ਸਾਂਝ ਨਹੀਂ ਹੋਰ ਗੱਲ ਹੈ ਦੂਜਿਆਂ ਬਹੁਤ ਫਰਕ ਆ ਯਾਰ ਕੈਂਡੀਡੇਟ ਨਹੀਂ ਖੜੇ ਕਰਨ ਦਿੱਤੇ ਉਹ ਕੀ ਸਾਂਝ ਹੈ ਉਹ ਇਕੱਠ ਹੋ ਕੇ ਹੋਏ ਮੈਂ ਕਹਿੰਦਾ ਜਿੱਥੇ ਇਕੱਠ ਹੋ ਕੇ ਵੀ ਆਵਾਜ਼ ਆ ਜੀ ਸਾਡਾ ਇੱਥੋਂ ਉੱਥੇ ਕਰੋ ਠੀਕ ਹੈ ਜਿੱਥੇ ਇਕੱਠ ਹੋ ਕੇ ਨਹੀਂ ਹੋਏ ਉੱਥੇ ਉਹਨਾਂ ਦੀ ਗੱਲ ਠੀਕ ਹੈ ਵੀ
ਜਿੱਥੇ ਉਦਾਂ ਹੀ ਦੂਜਾ ਕੈਂਡੀਡੇਟ ਖੜਾ ਹੀ ਨਹੀਂ ਹੋਣ ਦਿੱਤਾ। ਡੈਮੋਕ੍ਰੈਟਿਕ ਰਾਈਟ ਹੈ, ਜਿਹਨੇ ਖੜਨਾ ਉਹਨੇ ਖੜਨਾ, ਸੈਟਿੰਗ ਹੋ ਰਹੀ ਹੈ ਉੱਥੇ, ਜਿੱਥੇ ਕਿਤੇ ਕੋਈ ਹੋਣ ਨਹੀਂ ਦਿੱਤੀ ਗਈ, ਪਿੰਡਾਂ ਨੇ ਕੱਟ ਹੋ ਕੇ ਕਿਹਾ ਸਾਡਾ ਕੈਂਡੀਡੇਟ ਬਣਾ ਦਿਓ ਬਣਾ ਦਿਓ, ਜਿੱਥੇ ਕੈਂਡੀਡੇਟ ਨਹੀਂ ਖੜਾ ਹੋਣ ਦਿੱਤਾ ਉੱਥੇ ਰੱਦ ਕਰ ਦਿਓ ਉਹਦੀ, ਦੁਬਾਰਾ ਇਲੈਕਸ਼ਨ ਲੜਾਓ। ਧੰਨਵਾਦ ਸਤਵੀਰ ਵਾਲੀਆ ਤੁਹਾਡਾ, ਅਮਰਦੀਪ ਧਾਰਨੀ ਤੁਹਾਡਾ, ਗੁਰਪ੍ਰੀਤ ਸਿੰਘ ਤੁਹਾਡਾ, ਡਾਕਟਰ ਪਹਿਲਾਗਰ ਤੁਹਾਡਾ, ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਕਾਰਕੁਨਾਂ ਨੂੰ ਲੜਾਉਣ ਵਾਲੀ ਸਿਆਸਤ ਦਾ ਡਰਾਮਾ ਕੀ ਹੈਗਾ, ਸਿਆਸਤ ਤੁਹਾਡੀ ਕਿੰਨੀ ਗੱਲ ਕਰਦੀ ਹੈ ਕਿ ਤੁਹਾਡੇ ਬੁਨਿਆਦੀ ਮਸਲੇ ਉਹਨਾਂ ਦੀ ਕਿੰਨੀ ਗੱਲ ਕਰਦੀ ਹੈਗੀ ਆ। ਇਹਨਾਂ ਨੇ ਇੱਕ ਰਿਪੋਰਟ 'ਤੇ ਇਹ ਸਾਰੀਆਂ ਚੋਣਾਂ ਲੜ ਰਹੀਆਂ, ਅਗਲੀਆਂ ਚੋਣਾਂ ਵੀ ਆਉਣੀਆਂ ਹੈਗੀਆਂ, ਧਿਆਨ ਰੱਖਿਓ ਉਦੋਂ ਵੀ ਕੁਛ ਨਾ ਕੁਛ ਆ ਜਾਵੇਗਾ, ਤੁਹਾਡੇ ਮੁੱਦੇ ਆ ਜਿਹੜੇ ਇਹ ਰੋਲ ਦੇਣਗੇ, ਮੁੱਦੇ ਜੇ ਰੁੜ ਰਹੇ ਹੈ ਕਿ ਉਹਦੇ ਲਈ ਜ਼ਿੰਮੇਵਾਰ ਤੁਸੀਂ ਵੀ ਹੈ ਕਿਉਂ, ਕਿਉਂਕਿ ਤੁਸੀਂ ਇਸ ਜਮਹੂਰੀ ਢਾਂਚੇ ਦੇ ਮੈਂਬਰ ਹੋ ਅਤੇ ਤੁਹਾਨੂੰ ਵੀ ਧਿਆਨ ਰੱਖਣਾ ਪਵੇਗਾ, ਅੱਖ ਖੁੱਲ੍ਹਣੀ ਪਵੇਗੀ ਇਹ ਕਰਦੇ ਕੀ ਫਿਰਦੇ ਹੈਗੇ ਆ, ਇਹ ਰੈਲੀਆਂ ਦੇ ਰੋਲੇ ਵਿੱਚ ਤੁਹਾਨੂੰ ਰੋਲ ਤਾਂ ਨਹੀਂ ਰਹੇਗੇ। ਬਹੁਤ ਧੰਨਵਾਦ।